ਸਤਿ ਸ਼੍ਰੀ ਅਕਾਲ ਦੋਸਤੋ ਨਿਊ ਦੀਪ ਟਰਾਂਸਪੋਰਟ ਵਾਲਿਆਂ ਦੇ ਫਾਰਮ ਹਾਊਸ ਤੇ ਬੈਠੇ ਆ ਚੰਨੂ ਨਿਊ ਦੀਪ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਹੀ ਨਹੀਂ ਹਿੰਦੁਸਤਾਨ ਦੀਆਂ ਚੋਟੀ ਦੀਆਂ ਟਰਾਂਸਪੋਰਟਾਂ ਚ ਇੱਕ ਵੱਡਾ ਨਾਮ ਹੈ ਨਿਊ ਦੀਪ ਦਾ ਗਿੱਦੜਵਾਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਰਨੈਲ ਸਰਦਾਰ ਹਰਦੀਪ ਸਿੰਘ ਜੀ ਡਿੰਪੀ ਢਿਲੋਂ ਸਾਹਿਬ ਦਾ ਫਾਰਮ ਹੈ ਚੰਨੂ ਪਿੰਡ ਬਾਦਲ ਪਿੰਡ ਦੇ ਨਜ਼ਦੀਕ ਹੈ ਜਿੰਨਾ ਪਿੰਡ ਨਜ਼ਦੀਕ ਉਸ ਤੋਂ ਵੀ 1000 ਗੁਣਾ ਵੱਧ ਨਜ਼ਦੀਕੀਆਂ ਇਸ ਪਰਿਵਾਰ ਦੀਆਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਪਰਿਵਾਰ ਨਾਲ ਹੈ। ਇਸ ਪਰਿਵਾਰ ਦੇ ਜਿਹੜੇ ਫਰਜ਼ੰਦਾ ਜਮੇਰੇ ਨਾਲ ਮੌਜੂਦ ਹੈ ਉਹ ਇੰਗਲੈਂਡ ਪੜ੍ਹਾਈ ਕਰ ਰਹੇ ਹੈ। ਯੂਥ ਅਕਾਲੀ ਦਲ ਪੰਜਾਬ ਦੇ ਜਰਨਲ ਸਕੱਤਰ ਹੈ। ਤੈਨੂੰ ਚੀਕਾਂ ਕਢਾ ਕੇ ਮੁਖਸਰ ਵਜਦੀ ਨਾ ਨਾ ਕੱਢਿਆ ਤਾਂ ਜੱਟ ਦਾ ਪੁੱਤ ਨਾ ਜਾਣੀ ਮੈਨੂੰ ਤੂੰ। ਉੱਗੇ ਸਮਾਜ ਸੇਵੀ ਹੈ ਤੇ ਇਸ ਤੋਂ ਵੀ ਵੱਧ ਇੱਕ ਸਫਲ ਕਿਸਾਨ ਹੈ। ਮੇਰੇ ਨਾਲ ਸਰਦਾਰ ਅਬੇ ਸਿੰਘ ਜੀ ਢਿੱਲੋਂ ਮਜੂਦਾ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਬਰਲਾਜ ਜੀ ਜੀ ਆਇਆਂ ਨੂੰ ਢਿੱਲੋਂ ਸਾਹਿਬ ਅੱਜ ਕੱਲ ਦਾ ਜਿਹੜਾ ਟਾਈਮ ਚੱਲਦਾ ਨੌਜਵਾਨਾਂ ਚ ਕਰੇਜ ਆ ਕਿ ਪਲੱਸ 2 ਕਰਕੇ ਆਈਲੈਂਡਸ ਕਰਕੇ ਕਿਸੇ ਹਿਸਾਬ ਨਾਲ ਜਾਜ ਦੀ ਬਾਰੀ ਨੂੰ ਹੱਥ ਪੈ ਜੇ ਤੁਹਾਡੀ ਪੜ੍ਹਾਈ ਵਿਦੇਸ਼ ਚੱਲ ਰਹੀ ਹੈ ਗਿੱਦੜ ਬਹਾ ਹਲਕੇ ਵਾਲੇ ਨੇ ਕਿਹੜਾ ਇਹੋ ਜਿਹਾ ਨਲਕੇ ਦਾ ਪਾਣੀ ਪੀਆਦਾ ਜਿਹੜਾ ਤੁਹਾਡਾ ਇੰਗਲੈਂਡ ਚਾਨੂੰ ਜੀ ਨਹੀਂ ਕਰਦਾ ਦੇਖੋ ਗੱਲ ਸਹੀ ਆ ਹੁਣ ਜਿਹੜੀ ਨੂੰ ਕਿਸੇ ਇਨਸਾਨ ਨੂੰ ਅੱਜ ਦੀ ਘੜੀ ਆਪਾਂ ਮਿਲਦੇ ਆ ਜਾਂ ਤਾਂ ਉਹ ਬਾਹਰ ਰਿਸ਼ਤਾ ਪਾਲ ਰਹੇ ਹੁੰਦੇ ਆ ਜਾਂ ਫਿਰ ਐਸ ਦਾ ਟੈਸਟ ਦੇ ਕੇ ਆਪ ਬਾਹਰ ਚੱਲੇ ਹੁੰਦੇ ਆ ਬਿਲਕੁਲ ਇਹ ਲੋਕਾਂ ਦੀ ਚੋਇਸ ਆ ਜੀ ਉਹਨਾਂ ਦੀ ਮਰਜ਼ੀ ਆ ਲੇਕਿਨ ਜੋ ਕੁਝ ਬਾਹਰ ਹੈ ਉਹਦੂ ਕਿਤੇ ਗੁਣਾ ਜ਼ਿਆਦਾ ਵਧੀਆ ਆਪਣੇ ਪੰਜਾਬ ਆਪਣੇ ਹਿੰਦੁਸਤਾਨ ਅੰਦਰ ਆ ਮੈਂ ਆਇਲ ਸਵੀਕਾਰ ਕਰ ਲਈ ਬਾਰ ਪੜ ਵੀ ਆਇਆ ਲੇਕਿਨ ਜੋ ਨਜ਼ਾਰੇ ਪੰਜਾਬ ਅੰਦਰ ਆ ਜੋ ਇੱਥੇ ਆ ਕੇ ਮਨ ਲੱਗਦਾ ਜੋ ਅਸਲ ਤਸੱਲੀ ਕੰਮ ਕਰਕੇ ਆਪਦੇ ਲੋਕਾਂ ਵਿੱਚ ਰਹਿ ਕੇ ਆ ਉਹ ਬਾਹਰ ਕਿਸੇ ਵੀ ਮੋਲਕ ਅੰਦਰ ਉਹ ਮਿਲ ਨਹੀਂ ਸਕਦਾ ਠੀਕ ਹੈ ਲੈ ਵੀ ਨੌਜਵਾਨਾਂ ਵਾਸਤੇ ਵੀ ਪ੍ਰੇਰਣਾ ਸਰੋਤ ਹੈ ਕਿਉਂਕਿ ਜਿਹੜੇ ਆਪਾਂ ਮੰਨ ਲਓ ਨਿੱਕੇ ਜ਼ਿਮੀਦਾਰਾ ਉਹਨਾਂ ਨੂੰ ਇਹ ਹੁੰਦਾ ਜ਼ਮੀਨ ਵੇਚ ਕੇ ਬਾਹਰ ਜਾਵੜੀਏ ਜੇ ਆਪਾਂ ਇੱਥੇ ਰਹਿ ਕੇ ਖੇਤੀਬਾੜੀ ਨਾਲ ਵੀ ਜੁੜੀਏ ਤਾਂ ਇਹ ਵੀ ਮੇਰੇ ਹਿਸਾਬ ਨਾਲ ਕੋਈ ਘਾਟੇ ਦਾ ਸੌਦਾ ਨਹੀਂ ਇਹ ਲੋਂ ਸਾਹਿਬ ਬਾਗਬੂਗ ਬੜੇ ਸੋਹਣੇ ਲਾਏ ਆ ਇਹ ਤੁਹਾਡਾ प्लान ਹੀ ਆ ਕਿ ਮੰਨ ਲਓ ਪਹਿਲਾਂ ਵਿਰਾਸਤ ਚ ਲੱਗੇ ਲਗਾਏ ਮਿਲੇ ਦੇਖੋ ਕੁਝ ਹੱਦ ਤੱਕ ਤਾਂ ਥੱਲੇ ਸਾਡਾ ਬਾਗ ਮੇਰੇ ਦਾਦਾ ਜੀ ਨੇ ਲਾਇਆ ਹੋਇਆ ਸੀ ਪਰ ਉਹਨਾਂ ਨੇ ਮੈਨੂੰ ਕਾਫੀ ਸਮੇਂ ਪਹਿਲਾਂ ਹੀ ਹੌਲੀ ਹੌਲੀ ਉਦੋਂ ਮੈਂ ਗੱਡੀ ਚਲਾਉਣ ਲੱਗਿਆ ਲੱਗਿਆ ਸੀ ਤੇ ਮੈਨੂੰ ਚਾਹ ਗੱਡੀ ਚਲਾਉਣ ਦਾ ਹੁੰਦਾ ਸੀ ਹੂੰ ਹੋਰ ਤਾਂ ਕੋਈ ਮੇਰੇ ਨਾਲ ਬਹਿੰਦਾ ਨਹੀਂ ਸੀ ਦਾਦਾ ਜੀ ਬਹਿ ਜਾਂਦੇ ਸੀ ਕਿ ਚਲ ਤੂੰ ਗੱਡੀ ਚਲਾ ਲਈ ਨਾਲੇ ਮੈਨੂੰ ਖੇਤ ਲੈ ਜੀ ਉਹ ਇਹੋ ਜਿਹਾ ਉਹਨਾਂ ਦੇ ਨਾਲ ਆਉਂਦੇ ਆਉਂਦੇ ਇੱਥੇ ਦਿਲਚਸਪੀ ਪੈ ਗਈ ਬਾਗ ਅੰਦਰ ਦੇਖਣ ਲੱਗ ਗਏ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤਾਂ ਥੱਲੇ ਵਾਲੇ ਬਾਗ ਮੇਰੇ ਨਾਲ ਦਾ ਦਾਦਾ ਜੀ ਨੇ ਕਾਫੀ 10-12 ਸਾਲ ਪਹਿਲਾਂ ਲਾਇਆ ਸੀ ਇਦھر ਮੈਂ ਸ਼ੁਰੂਆਤ ਕਰ ਲਈ ਦਿਲਚਸਪੀ ਇੰਨੀ ਸੀ ਰੁਚੀ ਇੰਨੀ ਸੀ ਇਸ ਪਾਸੇ ਹੌਲੀ ਹੌਲੀ ਸਾਰਾ ਕੁਝ ਉਹਨਾਂ ਨੇ ਮੈਨੂੰ ਸੰਭਾਲਤਾ ਤੇ ਜਦੋਂ ਦੇ ਮੇਰੇ ਦਾਦਾ ਜੀ ਪਿਛਲੇ ਸਾਲ ਚੜ੍ਹਾਈ ਕਰ ਗਏ ਤੇ ਉਹ ਤੋਂ ਬਾਅਦ ਸਾਰਾ ਵਾਹੀ ਦਾ ਮੈਨੂੰ ਮੇਰੇ ਤਾਇਆ ਜੀ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਕਿ ਸਾਰਾ ਕੁਝ ਤੂੰ ਸੰਭਣਾ ਬੜਾ ਵਧੀਆ ਕੰਮ ਆ ਜੀ ਬਾਗਬਾਨੀ ਅੰਦਰ ਫਾਇਦਾ ਵੀ ਬੜਾ ਤੇ ਜੀਬੜਾ ਲੱਗਦਾ ਤੇ ਆਪਦੀ ਮਿੱਟੀ ਨਾਲ ਜੁੜਨ ਦਾ ਮੌਕਾ ਮਿਲਦਾ ਬਿਲਕੁਲ ਬਾਗਬਾਨੀ ਦੇ ਨਾਲ ਨਾਲ ਜਿਹੜੀ ਖੇਤੀਬਾੜੀ ਆ ਉਹ ਵੀ ਅਸੀਂ ਹੁਣ ਠੇਕੇ ਤੇ ਦੇਣੋ ਛੱਡਤੀ ਆ ਆਪ ਆਦੇ ਹੱਥਾਂ ਨਾਲ ਕਰੀਦੀ ਆ ਸਾਰੇ ਠੀਕ ਆ ਸਾਰੀ ਖੇਤੀ ਆਪ ਕਰਦੇ ਆ ਟੋਟਲ ਜੀ ਕਾਫੀ ਛੇ ਠੇਕੇ ਦੇ ਦਿੱਤੀ ਪਰ ਪਿਛਲੇ 2 ਸਾਲਾਂ ਤੋਂ ਮੈਂ ਆਪਦੀ ਵਾਹੀ ਆਪ ਬਾਗਬਾਨੀ ਵੀ ਤੇ ਫਸਲਬਾੜੀ ਵੀ ਸਾਰੀ ਆਪ ਕਰਦੇ ਆ ਠੀਕ ਆ ਜੀ ਢਿਲੋਂ ਸਾਹਿਬ ਬਾਗ ਸੋਹਣੇ ਲੱਗੇ ਆ ਖੇਤਾਂ ਚ ਰੌਣਕਾਂ ਮੰਨ ਲਓ ਤੁਸੀਂ ਇੱਥੇ ਖੇਤੀ ਚ ਹੁਣ ਆਪਦੇ ਰੁਝੇ ਹੋ ਤੇ ਯੂਥ ਨੂੰ ਤੁਹਾਡੇ ਤੋਂ ਇਹ ਵੀ ਉਮੀਦ ਆ ਕਿ ਕੱਲ ਨੂੰ ਸਰਦਾਰ ਅਬੇ ਸਿੰਘ ਢਿੱਲੋਂ ਐਮਐਲਏ ਬਣ ਕੇ ਐਮਪੀ ਬਣ ਕੇ ਜਾਂ ਚੰਗੇ ਨੇਤਾ ਬਣ ਕੇ ਸਾਡੀ ਅਗਵਾਈ ਕਰਨ ਕਿਤੇ ਕਿਸਾਨੀ ਸਾਡੇ ਤੋਂ ਸਾਡਾ ਵਧੀਆ ਨੇਤਾ ਤਾਂ ਨਹੀਂ ਖੋਲੂਗੀ ਬਿਲਕੁਲ ਵੀ ਨਹੀਂ ਤੁਸੀਂ ਦੇਖੋ ਮੈਨੂੰ 2 ਸਾਲ ਹੋ ਗਏ ਕਿਸਾਨੀ ਤਾਂ ਇਹੋ ਜੀ ਚੀਜ਼ ਆ ਜੀ ਇਹ ਤੇ ਸਿਆਸਤ ਬਹੁਤ ਵਧੀਆ ਕੱਠੇ ਚੱਲਦੇ ਜੇ ਲੋਕ ਸੇਵਾ ਕਰਨੀ ਹੈ ਮੇਨੂੰ ਲੱਗਦਾ ਸਭ ਤੋਂ ਵਧੀਆ ਪ੍ਰੋਫੈਸ਼ਨ ਹੀ ਕਿਸਾਨੀ ਆ ਕਿਉਂਕਿ ਇੱਥੇ ਜੇ ਮੈਂ 2 ਦਿਨ ਨਾ ਵੀ ਆਵਾਂ ਫੋਨ ਤੇ ਮੇਰਾ ਕੰਮ ਵਧੀਆ ਇੱਥੋਂ ਦੇ ਬੰਦੇ ਸਾਡੇ ਜਿਹੜੇ ਲੱਗੇ ਆ ਉਹ ਸੰਭਾਲ ਲੈਂਦੇ ਆ ਨਾਲ ਹੀ ਨਾਲ ਤੁਹਾਨੂੰ ਐਡਾ ਵਧੀਆ ਟਾਈਮ ਮਿਲ ਜਾਂਦਾ ਕਿਉਂਕਿ ਕਣਕ ਬੀਜ ਕੇ ਤੁਹਾਨੂੰ ਪਾਣੀ ਦੀ ਫਿਕਰ ਹੁੰਦੀ ਆ ਝੋਨੇ ਵੇਲੇ ਜ਼ਿਆਦਾ ਫਿਕਰ ਹੁੰਦੀ ਆ ਕਣਕ ਬੀਜ ਕੇ ਤੁਸੀਂ 4-5 ਪਾਣੀ ਲਾਉਣੇ ਤੇ ਸਪਰੇਆ ਕਰਨੀਆਂ ਇੰਨਾ ਵਧੀਆ ਤੁਹਾਨੂੰ ਟਾਈਮ ਮਿਲ ਜਾਂਦਾ ਲੋਕਾਂ ਦੇ ਵਿੱਚ ਜਾਂਦਾ ਤੁਸੀਂ ਦੇਖੋ ਮੈਨੂੰ ਨਹੀਂ ਲੱਗਦਾ ਹ ਮੈਂ ਕਿੰਨੇ ਸਾਲ ਹੋ ਗਏ ਸਪੈਸ਼ਲੀ ਪਿਛਲੇ 2 ਸਾਲਾਂ ਤੋਂ ਮੈਂ ਤਾਂ ਰੁਕਿਆ ਹੀ ਨਹੀਂ ਕਦੇ ਨਾ ਮੇਰੀ ਕਦੇ ਇੱਥੇ ਵਾਹੀ ਅੰਦਰ ਕੋਈ ਪ੍ਰੋਬਲਮ ਆਈ ਆ ਨਾ ਹੀ ਮੈਂ ਕਦੇ ਹਲਕੇ ਜੋ ਗਹਿਰਾ ਜਰ ਰਿਆ ਨਾ ਵਾਹੀ ਤਾਂ ਸਗੋਂ ਮੈਨੂੰ ਹੋਰ ਤਕੜਾ ਬਣਾਉਂਦੀ ਹੈ ਕਿ ਮੈਂ ਆਪਦੇ ਹਲਕੇ ਦੇ ਲੋਕਾਂ ਦੀ ਮੁਸ਼ਕਿਲਾਂ ਸਮਝ ਸਕਾਂ ਕਿਉਂਕਿ ਜੇ ਆਪ ਮੈਂ ਵਾਹੀ ਕਰੂੰਗਾ ਮੈਨੂੰ ਉਹਨਾਂ ਦੇ ਦੁੱਖੜੇ ਆ ਚੱਲ ਕੇ ਸਮਝ ਆ ਜਾਣਗੇ ਸਹੀ ਗੱਲ ਕਿੱਥੇ ਦਾ ਮੈਂ ਵਾਹੀ ਨਾ ਕਰਕੇ ਕਿਸਾਨਾਂ ਦੀ ਮੁਸੀਬਤਾਂ ਸੁਣੀ ਆ ਕਿੱਥੇ ਮੈਂ ਆਪ ਮੁਸੀਬਤਾਂ ਚੋਂ ਨਿਕਲ ਕੇ ਉਹਨਾਂ ਦੇ ਹੱਲ ਲੱਭਨੇ ਮੈਨੂੰ ਲੱਗਦਾ ਕਿਸਾਨੀ ਨੇ ਤਾਂ ਮੈਨੂੰ ਹੋਰ ਜ਼ਿਆਦਾ ਐਕਸਪੀਰੀਅੰਸ ਤੇ ਨੋਲਿਜ ਦਿੱਤੀ ਜੋ ਸਾਡੇ ਲੋਕਾਂ ਨੂੰ ਫੀਲ ਕਰਨੇ ਪੈਂਦੇ ਮੰਨ ਲਓ ਤੁਸੀਂ ਅੱਜ ਕਿਸਾਨੀ ਨਾਲ ਜੁੜੇ ਹੋ ਉਧਰ ਟਰਾਂਸਪੋਰਟ ਦਾ ਬਿਜ਼ਨਸ ਵੀ ਆ ਉਹਦੇ 'ਚ ਵੀ ਰੁਚੀ ਰੱਖਦੇ ਹਾਂ ਕਿ ਕੱਲਾ ਖੇਤੀ ਨਾਲ ਹੀ ਸੰਬੰਧਿਤ ਆਪਦੇ ਆਪ ਨੂੰ ਸੀਮਤ ਰੱਖਦੇ ਹਾਂ ਮੇਰੇ ਡੈਡ ਜਿਆਦਾ ਦੇਖਦੇ ਮੈਨੂੰ ਸਹੀ ਮੈਨੇਜ ਟ੍ਰਾਂਸਪੋਰਟ ਦਾ ਪਤਾ ਜਿੰਨਾ ਕਿਉਂਕਿ ਸਾਡਾ ਆਪ ਦਾ ਕੀਤਾ ਸਾਡਾ ਕੰਮ ਆ ਤਾਂ ਮੈਨੂੰ ਮੋਟੀ ਮੋਟੀਆਂ ਜਿਹੀਆਂ ਗੱਲਾਂ ਤਾਂ ਪਤੀਆਂ ਪਤਾ ਨਹੀਂ ਪਰ ਜਿਆਦਾ ਮੇਰੇ ਫਾਦਰ ਸਾਹਿਬ ਦੇਖਦੇ ਨੇ ਮੈਨੂੰ ਨੌਲੇਜ ਘੱਟ ਆ ਤੇ ਮੈਂ ਤੁਹਾਨੂੰ ਮੈਂ ਆ ਹੀ ਨਹੀਂ ਦੱਸ ਸਕਦਾ ਕਿ ਟਾਈਮ ਟੇਬਲ ਕਿਵੇਂ ਬੰਦੇ ਆ ਬੱਸਾਂ ਕਿੱਥੇ ਕਿੰਨੇ ਚੱਲਦੀਆਂ ਕੀ ਹਿਸਾਬ ਆ ਮੈਨੂੰ ਵਾਹੀ ਦਾ ਸਾਰਾ ਕੁਝ ਪਤਾ ਮੈਨੂੰ ਹਲਕੀ ਬਾਰੇ ਪੁੱਛ ਲਓ ਉਧਰ ਦੀ ਮੈਨੂੰ ਨੌਲੇਜ ਘੱਟ ਆ ਉਹ ਮੇਰੇ ਫਾਦਰ ਸਾਹਿ ਜੇ ਆਪਾਂ ਬੱਸਾਂ ਦੀ ਗੱਲ ਕਰੀਏ ਸਰਕਾਰਾਂ ਬਦਲਦੀਆਂ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚ ਵੀ ਬੱਸਾਂ ਚੱਲਦੀਆਂ ਚਲੋ ਇਹ ਤਾਂ ਚੱਲੀ ਜਾਂਦੀਆਂ 80 82 ਵੇਲੇ ਦੀਆਂ ਚੱਲਦੀਆਂ ਜੀ ਮੰਨ ਲਓ ਜਦੋਂ ਬੱਸਾਂ ਨੂੰ ਫੜਦੇ ਆ ਬੱਸਾਂ ਪਿਛਲੀ ਸਰਕਾਰ ਚ ਕਾਂਗਰਸ ਦੇ ਰਾਜ ਚ ਵਿੱਚ ਬੰਦ ਹੋਈਆਂ ਉਹ ਆਖ ਦਿੰਦੇ ਆ ਤੁਸੀਂ ਟੈਗਸ ਨਹੀਂ ਭਰਿਆ ਤੁਸੀਂ ਕਹਿ ਦਿੰਦੇ ਆ ਰਾਜਨੀਤੀ ਆ ਚਲੋ ਇਹ ਵੱਖਰਾ ਟੌਪਿਕ ਹੈ ਇੱਕ ਵੀ ਬੱਸ ਰੁਕਦੀ ਆ ਉਹਦੇ ਨਾਲ ਕਿੰਨੇ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੁੰਦਾ ਜੀ ਮੰਨ ਲਓ ਇੱਕ ਬੱਸ ਨਾਲ ਕਿੰਨੇ ਕਨੈਕਟਰ ਡਰਾਈਵਰ ਜਾਂ ਉਹਨਾਂ ਦੇ ਪਰਿਵਾਰ ਜੁੜੇ ਆ ਦੇਖੋ ਪ੍ਰਲਾਦ ਜੀ ਇਹ ਗੱਲ ਬੜੀ ਵੱਡੀ ਆ ਸਪੈਸ਼ਲੀ ਜਦੋਂ ਕਰੋਨਾ ਹੋਇਆ ਹੂੰ ਉਦੋਂ ਬੱਸਾਂ ਠੱਲ ਗਈਆਂ ਸੀ ਕਿਉਂਕਿ ਸਾਰੇ ਪੰਜਾਬ ਚ ਕੀ ਸਾਰੇ ਹਿੰਦੂ ਦੁਨੀਆ ਚ ਸਭ ਕੁਝ ਰੁਕ ਗਿਆ ਸੀ ਹੂੰ ਹੂੰ ਉਹਨਾਂ ਚਿਰ ਜਿੰਨਾ ਚਿਰ ਸਾਡੀਆਂ ਬੱਸਾਂ ਖੜੀਆਂ ਰਹੀਆਂ ਨੇ ਸਾਡੇ ਡਰਾਈਵਰ ਕਨੈਕਟਰ ਤਾਂ ਰੋਜ਼ ਹੀ ਦਿਹਾੜੀ ਕਮਾ ਕੇ ਆਪਦੇ ਬੱਚਿਆਂ ਦਾ ਢਿੱਡ ਭਰਦੇ ਆ ਬਿਲਕੁਲ ਕੋਰੋਨਾ ਵੇਲੇ ਅਸੀਂ ਉਹਨਾਂ ਦੀਆਂ ਤਨਖਾਹਾਂ ਨਹੀਂ ਰੋਕੀਆਂ ਸੀ ਹੂੰ ਜਿੰਨਾ ਚਿਰ ਬੱਸਾਂ ਠੱਲੀਆਂ ਰਹੀਆਂ ਨੇ ਤਨਖਾਹਾਂ ਉਹਨਾਂ ਨੂੰ ਭਾਵੇਂ ਘਟਾ ਕੇ ਲੇਕਿਨ ਉਹਨਾਂ ਦੇ ਘਰੇ ਤਨਖਾਹਾਂ ਜਾਂਦੀਆਂ ਰਹੀਆਂ ਕਿ ਇਹਨਾਂ ਦਾ ਰੋਜ਼ਗਾਰ ਚੱਲਦੀ ਰਵੇ ਹੂੰ ਜਦੋਂ ਕਾਂਗਰਸ ਦੀ ਸਰਕਾਰ ਆਈ ਇਹਨਾਂ ਨੇ ਪੂਰੇ ਬਦਲਾਖੋਰੀ ਦੀ ਰਾਜਨੀਤੀ ਨਾਲ ਹੂੰ ਉਹ ਸਰਕਾਰ ਨੇ ਟੈਕਸ ਮਾਫ ਕੀਤਾ ਸੀ ਕਿਉਂਕਿ ਖੜੀਆਂ ਦਾ ਟੈਕਸ ਕਿੱਥੋਂ ਦੇ ਦਿੰਦੇ ਪਰ ਇਹਨਾਂ ਨੇ ਧੱਕਾ ਕਰਕੇ ਬੱਸਾਂ ਰੋਕੀਆਂ ਹਾਈ ਕੋਰਟ ਚ ਗਏ ਉੱਥੋਂ ਸਾਡੇ ਹੱਕ ਚ ਫੈਸਲਾ ਹੋਇਆ ਫੇਰ ਇਹਨਾਂ ਨੇ ਧੱਕਾ ਕੀਤਾ ਅਖੀਰ ਨੂੰ ਸੁਪਰੀਮ ਕੋਰਟ ਨੇ ਜਾ ਕੇ ਆਰਡਰ ਦਿੱਤੇ ਕਿ ਬੱਸਾਂ ਕੰਟੀਚ ਰਿਲੀਜ਼ ਕਰੋ ਤੇ ਇਹਨਾਂ ਦੀ ਚੱਲਣੀਆਂ ਚਾਹੀਦੀਆਂ ਜੇ ਕੁਝ ਗਲਤ ਤਾਂ ਯਾਰ ਫਿਰ ਸਾਨੂੰ ਕੋਰਟ ਹੀ ਰੋਕ ਦਿੰਦਾ ਆ ਸਹੀ ਗੱਲ ਜਦੋਂ ਇੱਕ ਬੱਸ ਰੋਕਦੇ ਆ ਉਹਦਾ ਇੱਕ ਡਰਾਈਵਰ ਇੱਕ ਕਨੈਕਟਰ ਉਹਨੂੰ ਸਾਫ਼ ਕਰਨ ਵਾਲੇ ਮਲਾਜ਼ਮ ਜਿਹੜੇ ਉੱਥੇ ਹਾਕਰ ਹੁੰਦੇ ਆਵਾਜ਼ਾਂ ਮਾਰਨ ਵਾਲੇ ਅੱਡੇ ਚ ਹੁੰਦੇ ਆ ਉਹਨਾਂ ਦੇ ਰੋਜ਼ਗਾਰ ਇੱਕ ਬੱਸ ਨਾਲ ਨਾਂਵ ਵਾਲਾ ਤਾਂ 15-20 ਜਣਿਆਂ ਦੀ ਰੋਜ਼ੀ ਰੋਟੀ ਚੱਲਦੀ ਆ। ਬਿਲਕੁਲ। ਇਹ ਸਾਡੇ ਨਾਲ ਤੱਕਾ ਕਰਦੇ ਕਰਦੇ ਗਰੀਬਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਇਹਨਾਂ ਨੇ। ਸਹੀ ਹੈ। ਉਹਨਾਂ ਦਾ ਘਰ-ਬਾਰ ਤਾਂ ਅਸੀਂ ਪਾਲਣਾ ਨਾ ਅਖੀਰ ਨੂੰ ਤਾਂ ਉਹ ਸਾਡੇ ਪਰਿਵਾਰ ਦਾ ਹਿੱਸਾ ਨੇ। ਹਮਮ। ਲੇਕਿਨ ਇਹ ਲੋਕ ਬਦਲਾਖੋਰੀ ਜੈਨਾਂ ਡੁੱਬ ਜਾਂਦੇ ਆ। ਪਿਛਲੇ ਕੈਬਨ ਮਨਿਸਟਰ ਨੇ ਜ਼ੋਰ ਲਾ ਲਿਆ ਕਿ ਇਹਨਾਂ ਦੀਆਂ ਬੱਸਾਂ ਰੋਕਦੀਏ। ਪਰ ਉਹੀ ਜਿਨ੍ਹਾਂ 'ਚ ਪਰਮਾਤਮਾ ਨਾਲ ਮਾਰੇ ਕੌਣ ਮਰਦਾ ਉਹਨਾਂ ਨੇ ਜ਼ੋਰ ਲਾਇਆ। ਥੋੜਾ ਚਿਰ ਜਰੂਰ ਬੱਸਾਂ ਬੰਦ ਰਹੀਆਂ ਲੇਕਿਨ ਕੋਰਟ ਨੇ ਸਾਡਾ ਹੱਕ ਫੈਸਲੇ ਸੁਣਾਏ ਸਾਰੇ ਅਫਸਰਾਂ ਨੂੰ ਵੀ ਪਤਾ ਸੀ ਤੱਕਾ ਤਾਂ ਜਦੋਂ ਉਹਨਾਂ ਦੀ ਸਰਕਾਰ ਚਲੇਗੀ ਬੱਸਾਂ ਫਿਰ ਨਾਰਮਲ ਚੱਲ ਪਈਆਂ ਢਿੱਲੋਂ ਸਾਹਿਬ ਦੂਰੀ ਮਾਰ ਪੈ ਗਈ ਇੱਕ ਕਰੋਨਾ ਆ ਗਿਆ ਇੱਕ ਬੱਸਾਂ ਬੰਦ ਹੋ ਗਈਆਂ ਉਹਦੇ ਨਾਲ ਕੋਈ ਫਾਈਨੈਂਸ਼ੀਅਲੀ ਜਾਂ ਕੋਈ ਲਾਸ ਹੋਇਆ ਇੰਡਸਟਰੀ ਨੂੰ ਨਹੀਂ ਹੁੰਦਾ ਜੀ ਕਿਉਂਕਿ ਪਹਿਲਾਂ ਤਾਂ ਕਰੋਨਾ ਆ ਗਿਆ ਬੱਸਾਂ ਚੱਲੀਆਂ ਨਹੀਂ ਲੋਕਾਂ ਤੋਂ ਟੈਕਸ ਨਹੀਂ ਭਰਿਆ ਗਿਆ ਸਾਡੇ ਤੇ ਮਾਰ ਆਏ ਸੀ ਕਿ ਜਦੋਂ ਕਰੋਨਾ ਤੋਂ ਬਾਅਦ ਬੱਸਾਂ ਦੇ ਚੱਲੀਆਂ ਹੀ ਸੀ ਸਾਡੇ ਤੋਂ ਤੱਕੇ ਨਾਲ ਕਿਤੇ ਵੱਧ ਗੁਣਾ ਟੈਕਸ ਤੱਕੇ ਨਾਲ ਪਰਵਾਇਆ ਫਿਰ ਜਦੋਂ ਉਹ ਭਰਾਤਾ ਫਿਰ ਇਹਨਾਂ ਨੇ ਲੇਡੀਜ਼ ਫ੍ਰੀ ਕਰਤੀਆਂ ਉਹਦੇ ਨਾਲ ਪ੍ਰਾਈਵੇਟ ਬੱਸ ਇੰਡਸਟਰੀ ਤੇ ਬੜਾ ਫਰਕ ਪੈਂਦਾ ਜੀ ਹੁਣ ਕਿਉਂਕਿ ਲੇਡੀਜ਼ ਜ਼ਿਆਦਾ ਚੜਦੀਆਂ ਇਹ ਵਾajib ਜੀ ਗੱਲ ਆ ਸਰਕਾਰੀ ਬੱਸ ਤੇ ਕਿਉਂਕਿ ਮੁਫਤ ਹੈ ਪ੍ਰਾਈਵੇਟ ਅੰਦਰ ਚੜਦੇ ਨਹੀਂ ਤਾਂ ਉਹਦੇ ਨਾਲ ੱੱਕਾ ਤਾਂ ਬੜਾ ਹੋਇਆ ਸਰਕਾਰ ਨੂੰ ਪ੍ਰਾਈਵੇਟ ਇੰਡਸਟਰੀ ਖਤਮ ਨਹੀਂ ਕਰਨੀ ਚਾਹੀਦੀ ਦੇਖੋ ਜੇ ਪ੍ਰਾਈਵੇਟ ਬੱਸਾਂ ਚੱਲਦੀਆਂ ਤਾਂ ਲੋਕਾਂ ਨੂੰ ਸਹੂਲਤ ਮਿਲਦੀ ਹੈ ਕੋਈ ਦੁਸ਼ਮਨ ਨਹੀਂ ਹੁੰਦੇ ਕਮਾਊ ਪੁੱਤ ਹੁੰਦੇ ਆ ਸਰਕਾਰ ਦੇ ਕੀ ਟੈਕਸ ਦਿੰਨੇ ਆ ਅਸੀਂ ਲੋਕਾਂ ਨੂੰ ਸਹੂਲਤਾਂ ਦਿੰਨੇ ਆ ਉਹਦੇ ਪੈਸੇ ਦਿੰਨੇ ਆ ਇਹ ਕਈ ਲੋਕਾਂ ਦੀ ਦਿਮਾਗ ਚ ਆਏ ਹੋ ਜਾਂਦਾ ਕਿ ਇਹਨਾਂ ਨਾਲ ਬਦਲਾ ਕੱਢਣਾ ਇਹਨਾਂ ਨਾਲ ਨੁਕਸਾਨ ਕਰਨਾ ਤਾਂ ਉਹ ਪਰਸੈਪਸ਼ਨ ਹੈ ਉਹਦੀ ਕ੍ਰੀਏਟ ਕਰਦੇ ਕਿ ਇਹ ਸਰਕਾਰ ਦੇ ਕੋਈ ਦੁਸ਼ਮਨ ਆ ਅਸੀਂ ਸਰਕਾਰ ਦੇ ਦੁਸ਼ਮਨ ਨਹੀਂ ਜੀ ਸਰਕਾਰ ਦੇ ਕਮਾਊ ਪੁੱਤਾਂ ਪੈਸੇ ਕਮਾ ਕੇ ਟੈਕਸ ਦਿੰਨੇ ਆ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਆ ਪੀਆਰਟੀਸੀ ਜੇ ਅੱਜ ਚੰਗੀ ਸਹੂਲਤ ਦਿੰਨੇ ਉਹਨਾਂ ਨੂੰ ਪਤਾ ਕਿ ਕੰਪੀਟੀਸ਼ਨ ਉਹਨਾਂ ਦਾ ਪ੍ਰਾਈਵੇਟ ਇੰਡਸਟਰੀ ਦੇ ਨਾਲ ਆ ਤਾਂ ਇਹ ਹਰ ਜਗ੍ਹਾ ਤੇ ਹੀ ਹੁੰਦਾ ਤੱਕਾ ਜਰੂਰ ਹੋਏ ਨੁਕਸਾਨ ਹੋਇਆ ਪਰ ਬੜੀ ਪਰਮਾਤਮਾ ਦੀ ਕਿਰਪਾ ਅਜੇ ਵੀ ਵਧੀਆ ਚੱਲ ਰਹੀ ਚੜਦੀ ਕਲਾ ਚੜਦੀ ਕਲਾ ਢਿਲੋਂ ਸਾਹਿਬ ਪਹਿਲਾਂ ਕਾਂਗਰਸ ਦੀ ਸਰਕਾਰ ਬਦਲੀ ਪਹਿਲਾਂ ਅਕਾਲੀ ਦਲ ਦੀ ਬਦਲੀ ਕਾਂਗਰਸ ਦੀ ਆ ਗਈ ਹੁਣ ਇਹਨਾਂ ਨੂੰ ਦੋਹਾਂ ਨੂੰ ਅਕਾਲੀ ਕਾਂਗਰਸ ਨੂੰ ਪਿੱਛੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਲੈ ਜਾਂਦਾ ਬਦਲਾ ਲੋਕ ਚਾਹੁੰਦੇ ਸੀ ਕੀ ਲੋੜ ਪਈ ਐ ਸੀ ਬਦਲਾ ਦੇ ਕੀ ਇਹਨਾਂ ਦੋਹਾਂ ਸਰਕਾਰਾਂ ਤੋਂ ਲੋਕ ਤੰਗ ਆ ਚੁੱਕੇ ਸੀ ਸ਼ਾਇਦ ਉਹ ਲੋਕ ਤੰਗ ਸੀਗੇ ਕੀ ਕਾਰਨ ਮੰਨਦੇ ਲੋਕਾਂ ਦੀਆਂ ਉਮੀਦਾਂ ਸ਼ਾਇਦ ਆਪਾਂ ਪੂਰੇ ਨਾ ਕਰ ਸਕੇ ਹੋਈਏ ਜੋ ਕੈਪਟਨ ਸਾਹਿਬ ਨੇ ਝੂਠੇ ਵਾਦੇ ਇੰਨੇ ਵੱਡੇ ਵੱਡੇ ਕਰਦੇ ਲੋਕਾਂ ਦੀਆਂ ਉਮੀਦਾਂ ਸਿਖਰਾਂ ਤੇ ਪਹੁੰਚ ਗਈਆਂ ਸੀ ਲੇਕਿਨ ਵਾਜਬ ਜੀ ਗੱਲ ਹੁਣ ਤਾਂ ਪੂਰਾ ਨਾ ਹੋਇਆ ਕਿ ਉਹ ਕੈਪਟਨ ਸਾਹਿਬ ਦੇ ਨਾਲ ਨਾਲ ਕਾਂਗਰਸ ਪਾਰਟੀ ਤਾਂ ਰਗੜੀ ਗਈ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਬੜੀ ਤਕਲੀਫ ਹੋਣ ਲੱਗੀ ਆ ਇਸ ਕਰਕੇ ਸ਼ਾਇਦ ਅਕਾਲੀ ਦਲ ਦਾ ਵੀ ਬਹੁਤ ਨੁਕਸਾਨ ਹੋਇਆ ਸਰਕਾਰ ਆਮ ਆਦਮੀ ਦੀ ਆਈ ਲੋਕਾਂ ਨੇ ਤਾਂ ਬਦਲਾਅ ਵਾਸਤੇ ਚੁਣਿਆ ਸੀ ਇਹ ਬਦਲਾਅ ਤੁਹਾਡੇ ਸਾਹਮਣੇ ਆ ਐਮਐਲਏ ਨੇ ਉਹਨਾਂ ਦੇ ਡਰਾਈਵਰ ਕੁੱਟੀ ਜਾਂਦੇ ਅਮਿਤ ਰਤਨ ਜੀ ਭਗਵੰਤ ਮਾਨ ਸਾਧ ਦੇ 13ਵੇਂ ਰਤਨ ਨੇ ਜਿਹੜੇ ਜਾ ਕੇ ਕੱਲ ਹੀ ਅਰੈਸਟ ਹੋਈ ਆ ਉਹਨਾਂ ਦੀ ਫੌਜਾ ਸਿੰਘ ਸਰਾਰੀ ਜੀ ਮਨਿਸਟਰ ਸੀਗੇ ਉਹਨਾਂ ਨੂੰ ਅੰਦਰ ਦੇਤਾ ਕਰਪਸ਼ਨ ਦੀ ਭਰੀ ਗਵਰਨਮੈਂਟ ਆ ਜੀ ਬਦਲਾਅ ਤਾਂ ਕੀ ਲਿਆਉਣਾ ਸੀ ਲੋਕਾਂ ਨੂੰ ਤਾਂ ਜਮਾਂ ਹੀ ਦੁਖੀ ਕਰਤਾ ਜਿਹੜੇ 4 ਰੁਪਏ ਲੋਕਾਂ ਦੇ ਜਾ ਕੇ ਆਪਦੇ ਖੂਨ ਪਸੀਨੇ ਦੀ ਕਮਾਈ ਨਾਲ ਉਹਨਾਂ ਦੇ ਜੇਬ ਚ ਪੈਂਦੇ ਸੀ ਹੁਣ ਉਹ ਵੀ ਜੇਬਾਂ ਚੋਂ ਕੱਢਣ ਲੱਗ ਗਏ ਜੇ ਬੁਣੀਆਂ ਫ੍ਰੀ ਕੀਤੀਆਂ ਤਾਂ ਬਿਜਲੀ ਦੇ ਰੇਟ ਚੱਕ ਤੇ ਪਾਣੀ ਦੇ ਰੇਟ ਚੱਕ ਤੇ ਮਤਲਬ ਗੋਲ ਮੋਲ ਉਧਰ ਚੱਕ ਕੇ ਉਧਰ ਪਾ ਦਿੰਦੇ ਇੱਕ ਜੇਬ ਚੋਂ ਕਰਕੇ ਦੂਜੀ ਜੇਬ ਚੋਂ ਕੱਢ ਲੈਂਦੇ ਬਿਲਕੁਲ ਤੇ ਲੋਕਾਂ ਨੇ ਸਰਕਾਰ ਬਣਾਈ ਤਾਂ ਆਏ ਸੀ ਕਿ ਬਦਲਾ ਆਊਗਾ ਲੋਕਾਂ ਦਾ ਫਾਇਦਾ ਹੋਊਗਾ ਪਰ ਲੋਕਾਂ ਨਾਲ ਤੱਕਾ ਜ਼ਿਆਦਾ ਹੋ ਰਿਹਾ ਬਿਲਕੁਲ ਜੀ ਇੱਕ ਨਾ ਮੈਨੂੰ ਇਹਨਾਂ ਦਾ ਮਿਲਿਆ ਸੀਗਾ ਵਰਕਰੇ ਉਹਦਾ ਯਾਰ ਹੈ ਆ ਪੋਜੀਸ਼ਨ ਹੋ ਗਈ ਕਿ 10000 ਰੁਪਿਆ ਜੇਬ ਚ ਪਾ ਕੇ ਸ਼ਹਿਰ ਨੂੰ ਜਾਵੜ ਗਿਆ ਜੇ ਕਿਸੇ ਨੂੰ ਪਤਾ ਲੱਗ ਗਿਆ ਐ ਨਹੀਂ ਪਤਾ ਵੀ ਜਿਉਂਦੇ ਮੁੜਾਂਗੇ ਕਿਨੇ ਕੀ ਇਹ ਗੱਲ ਸਹੀ ਹੈ ਬਿਲਕੁਲ ਸਹੀ ਗੱਲ ਹੈ ਅੱਜ ਦੀ ਘੜੀ ਕੋਈ ਵੀ ਸਿਆਣਾ ਬੰਦਾ ਰਾਤ ਨੂੰ ਆਪਦੇ ਪਰਿਵਾਰ ਨੂੰ ਲੈ ਕੇ ਬਾਹਰ ਨਹੀਂ ਨਿਕਲਦਾ ਇਹੋ ਜਿਹੇ ਹਾਲਾਤ ਪੈਦਾ ਹੋਏ ਆ ਵੱਡੇ ਵੱਡੇ ਬੰਦੇ ਨਹੀਂ ਸੇਫ ਆਮ ਬੰਦੇ ਦਾ ਕੀ ਹਾਲ ਤੁਸੀਂ ਦੇਖੋ ਕਾਨੂੰਨ ਦੀ ਐਡੇ ਮਾੜੇ ਹਾਲਾਤ ਹੋ ਚੁੱਕੇ ਆ ਕਿ ਕਿਸੇ ਨੂੰ ਵੀ ਕਿਸੇ ਵੀ ਸਮੇਂ ਕੋਈ ਗੈਂਗਸਟਰ ਫਰੋਤੀ ਦੇ ਲੇ ਤੇ ਉਹਨੂੰ ਪੈਸੇ ਦੇ ਕੇ ਜਾਨ ਚੜਾਉਣੀ ਪੈਂਦੀ ਹੈ ਸਰਕਾਰ ਕੁਝ ਨਹੀਂ ਕਰ ਸਕਦੀ ਆ ਇੱਕ ਪੰਜਾਬ ਚ ਪਿੱਛੇ ਜੇ ਤੁਸੀਂ ਖਬਰ ਸੁਣੀ ਹੋਣੀ ਇੱਕ ਇੱਕ ਆਮ ਜਿਹਾ ਦੁਕਾਨਦਾਰ ਸੀ ਉਹ ਤੋਂ ਫਰੋਤੀ ਮੰਗੀ ਉਹਨੇ ਪੁਲਿਸ ਕੋਲੇ ਗਿਆ ਉਹਨੂੰ ਗਨਮੈਨ ਦਿੱਤਾ ਨਾਲ ਗਨਮੈਨ ਮਾਰਿਆ ਨਾਲ ਉਹਦੇ ਗੋਲੀ ਮਾਰ ਗਈ ਇਹ ਲੋਕ ਸਾਹਿਬ ਅੱਗੇ ਵੀ ਮਤਲਬ ਸਰਕਾਰਾਂ ਰਹੀਆਂ ਕਦੇ ਪੁਲਿਸ ਦਾ ਨੁਕਸਾਨ ਨਹੀਂ ਹੋਇਆ ਸੀ ਹੁਣ ਤਾਂ ਐਸ ਸਰਕਾਰੀ ਦਾ ਘੱਟੋ ਘੱਟ 20 ਮੁੰਡੇ ਪੁਲਿਸ ਦੇ ਮਰ ਗਏ ਜੀ ਤੁਸੀਂ ਦੇਖੋ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੇ ਤਾਂ ਆਰਪੀਜੀ ਨਾਲ ਅਟੈਕ ਹੋ ਰਹੇ ਆ ਠੀਕ ਪੰਜਾਬ ਪੁਲਿਸ ਦੇ ਅਫਸਰਾਂ ਤੇ ਆ ਸਿੱਧਾ ਸ਼ਰੀਆਮ ਉਹਨਾਂ ਦੀ ਲੁੱਟਖੁੱਟ ਹੋ ਜਾਂਦੀ ਉਹਨਾਂ ਤੋਂ ਉਹਨਾਂ ਦੇ ਅਸਲੇ ਖੋ ਕੇ ਲੈ ਜਾਂਦੇ ਆ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਤਾਂ ਫੇਲ ਕਰ ਰਹੀ ਆ ਨਾ ਠੀਕ ਆ ਅਮਨ ਕਾਨੂੰਨ ਦੀ ਪ੍ਰੋਬਲਮ ਪਹਿਲਾਂ ਵੀ ਹੁੰਦੀ ਸੀ ਪਰ ਇਸ ਲੈਵਲ ਤੇ ਨਾ ਤਾਂ ਅੱਜ ਤੱਕ ਹੋਈ ਆ ਤੇ ਮੈਨੂੰ ਨਹੀਂ ਲੱਗਦਾ ਇੰਨੇ ਵੱਡੇ ਲੈਵਲ ਤੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਅੱਜ ਤਾਈਂ ਕਦੇ ਹੋਇਆ ਹੋਵੇ ਤੇ ਲੋਹਾਂ ਸਾਹਿਬ ਆਪਣੇ ਨਾਲ ਪੈਂਟ ਕੋਟ ਭਾਈ ਚ ਕਿਸਾਨ ਦੇ ਮੁੰਡੇ ਨੂੰ 20 ਲੱਖ ਰੁਪਏ ਪਿੱਛੇ 25 ਲੱਖ ਰੁਪਏ ਪਿੱਛੇ ਮਾਰਤਾ ਹਰਮਨਦੀਪ ਨੂੰ ਹਰਮਨਦੀਪ ਨੂੰ ਉੱਥੇ ਮਤਲਬ ਤੁਸੀਂ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਪਰਿਵਾਰ ਨਾਲ ਮਤਲਬ ਦੁੱਖ ਸੁੱਖ ਸਾਂਝਾ ਕੀਤਾ ਮੌਜੂਦਾ ਸਰਕਾਰ ਦਾ ਵੀ ਹੱਕ ਬਣਦਾ ਸੀ ਜਾਣ ਦਾ ਮੌਜੂਦਾ ਸਾਡੇ ਐਮਐਲਏ ਸਾਹਿਬ ਦਾ ਵੀ ਹੱਕ ਬਣਦਾ ਸੀ ਕਿ ਇਹ ਤੁਸੀਂ ਰਾਜਨੀਤਿਕ ਬੰਦੇ ਇਹ ਸੋਚ ਲੈਨੇ ਕਿ ਇਹ ਤਾਂ ਜੀ ਕਾਲੀਆਂ ਦਾ ਮੁੰਡਾ ਹੈ ਕਾਂਗਰਸੀਆਂ ਦਾ ਹੈ ਝਾੜਵੋਲਿਆਂ ਦਾ ਹੈ ਕਿ ਇੱਥੇ ਆਪਣਾ ਹੱਕ ਨਹੀਂ ਬਣਦਾ ਪਰਿਵਾਰ ਦੇ ਨਾਲ ਖੜਨ ਦਾ ਦੇਖੋ ਜੀ ਐਮਐਲਏ ਸਾਹਿਬ ਤਾਂ ਇੱਕ ਦਿਨ ਮੇਰੇ ਕਹਿ ਬੋਲੇ ਮਗਰ ਉਹ ਅਗਲੇ ਦਿਨ ਆ ਗਈ ਸੀ ਕਿ ਉਹ ਕਾਫੀ ਦਿਨਾਂ ਪਹਿਲਾਂ ਨਹੀਂ ਆਇਆ ਬਾਤ ਚੋ ਆਏ ਲੇਕਿਨ ਆਮ ਆਦਮੀ ਪਾਰਟੀ ਦਾ ਇਕ ਵੀ ਨਮੈਂਦਾ ਨਹੀਂ ਉਹਨਾਂ ਦੇ ਘਰੇ ਪਹੁੰਚਾ ਹੂੰ ਬਹੁਤ ਜ਼ੋਰ ਲਾਇਆ ਕਿ ਖਬਰਾਂ ਮੁੰਡਾ ਮਿਲ ਜੇ ਪੈਸੇ ਵੀ ਮਨਜ਼ੂਰ ਕਰਤਾ ਸੀ ਕਿਰ ਕਿਵੇਂ ਨਾ ਕਿਵੇਂ ਇਕੱਠੇ ਕਰਕੇ ਦੇ ਦਾਂਗੇ ਮੁੰਡੇ ਨੂੰ ਵੱਡਾ ਟੁੱਕੀ ਕਰਕੇ ਉੱਤੇ ਪਿੰਡ ਸਿੱਧਾ ਪਿਆ ਹੂੰ ਸ਼ਰਿਆਮ ਉਹ ਤੋਂ ਫਰੋਤੀਆਂ ਮੰਗ ਕੇ ਉਹਦਾ ਮਰਡਰ ਕੀਤਾ ਕਿ ਇਹ ਅਰਾਧੀਆਂ ਨੂੰ ਸਰਕਾਰ ਦਾ ਡਾਰੀ ਨਹੀਂ अपराधीया नु डरी नी ना होना ਕਿਉਂਕਿ ਹਰ ਪਾਸੇ ਉਥੇ ਉੜੀ ਸੰਗਰ ਵੀ ਆਈ ਹੋਇਆ ਨਾਲੇ ਉਹ ਤਾਂ ਕਾਂਗਰਸ ਦੇ ਮੌਜੂਦਾ ਐਮਐਲਏ ਦਾ ਖਾਸ ਬੰਦਾ ਜੀ 6 ਮਹੀਨੇ ਹੋ ਗਏ ਉਹਨਾਂ ਦੇ ਘਰੇ ਨਹੀਂ ਗਏ ਹੂੰ ਉਹਨਾਂ ਦੀ ਵਿਚਾਰੀ ਘਰ ਵਾਲੀ ਉਹਦੀ ਬੇਟੀ 1 ਸਾਲ ਦੀ ਆ ਹੂੰ ਲੇਕਿਨ ਐਮਐਲਏ ਸਾਹਿਬ ਉਹਦੇ ਘਰੇ ਨਹੀਂ ਦੁੱਖ ਸ਼ੋਕ ਕਰਨ ਗਏ ਜਦੋਂ ਰੌਲਾ ਬਾਲਾ ਪਾਇਆ ਅਸੀਂ ਇੰਟਰਵਿਊ ਵਗੈਰਾ ਦੱਸੇ ਕਿ ਉਹ ਗਏ ਨਹੀਂ ਫੇਰ ਜਾ ਕੇ ਆਇਆ 6 ਮਹੀਨਿਆਂ ਬਾਅਦ ਨਾ ਅਪਰਾਧੀਆਂ ਨੂੰ ਕੋਈ ਡਰਾ ਰਹੀ ਗੱਲ ਸਰਕਾਰ ਦੀ ਇੱਛਾ ਹੀ ਨਹੀਂ ਸੀ ਕਿ ਆਪਾਂ ਅਪਰਾਧੀਆਂ ਨੂੰ ਫੜ ਲੀ ਐਸਐਸਪੀ ਸਾਹਿਬ ਨੇ ਬੜਾ ਜ਼ੋਰ ਲਾਇਆ ਲੇਕਿਨ ਨਾ ਮੁੱਖ ਮੰਤਰੀ ਸਾਹਿਬ ਦਾ ਫੋਨ ਆਇਆ ਨਾ ਕਿਸੇ ਮੰਤਰੀ ਨੇ ਇੰਟਰਸਟ ਦਿਖਾਇਆ ਨਾ ਇੱਥੋਂ ਦੇ ਆਮ ਆਦਮੀ ਦੇ ਨੁਮਾਇੰਦਾ ਕੋਈ ਆਇਆ ਬੜੇ ਬਥੇਰੇ ਬੰਦੇ ਹਲਕੀ ਤੁਰੇ ਫਿਰਦੇ ਕੋਈ ਵੀ ਇੱਕ ਬੰਦਾ ਹਰ ਮੰਨ ਦੇ ਘਰੇ ਜਾ ਕੇ ਦੁੱਖ ਸੁੱਖ ਨਹੀਂ ਮਿਲਾ ਕੇ ਆਇਆ ਨਾ ਕਿਸੇ ਨੇ ਜ਼ੋਰ ਲਾਇਆ ਕਿ ਵਿਚਾਲੀ ਖਬਰਾਂ ਬਾਚੀ ਜਾਂਦਾ ਲੇਕਿਨ ਇਹਨਾਂ ਨੇ ਸਿਆਸਤ ਪਤਾ ਨਹੀਂ ਕੀ ਖੇਡੀ ਸ਼ਾਇਦ ਇਹਨਾਂ ਦੇ ਮਨ ਚ ਆਏ ਸੀ ਅਕਾਲੀ ਨੇ ਕਿ ਸਾਡੇ ਸਪੋਰਟਰ ਰਹੇ ਨੇ ਲੇਕਿਨ ਕਿਸੇ ਨੇ ਵੀ ਆਈ ਨਹੀਂ ਸੋਚਿਆ ਕਿਸੇ ਮਾਦੇ ਪੁੱਤ ਦੇ ਨਾਲ ਤੱਕਾ ਹੋ ਰਿਹਾ ਅਸੀਂ ਜਾ ਕੇ ਮਦਦ ਕਰਕੇ ਅਸੀਂ ਜ਼ਰੂਰ ਕਰਕੇ ਪਰ ਜਿਹੜੀ ਮਾ ਦਾ ਪੁੱਤ ਗਵਾਇਆ ਯਾਰ ਉਹਦਾ ਕੋਈ ਥਾਂ ਨਹੀਂ ਨਾ ਲੈ ਸਕਦਾ ਬਿਲਕੁਲ ਸਿਆਸਤ ਕਰਕੇ ਸ਼ਾਇਦ ਇਹਨਾਂ ਦੇ ਨਾਲ ਕਿਸੇ ਨੇ ਜਾ ਕੇ ਹਾ ਦਾ ਨਾਰਾ ਨਹੀਂ ਮਾਰਿਆ ਚਲੋ ਇਹ ਹਾਲਾਤ ਤਾਂ ਸਾਰੇ ਪੰਜਾਬ ਦੇ ਆ ਪਰ ਆਪਾਂ ਜੇ ਗਿੱਦੜਵਾ ਦੀ ਗੱਲ ਕਰੀਏ ਤਾਂ ਗਿੱਦੜਵਾ ਦੇ ਲੋਕ ਵੀ ਆਪਣੇ ਆਪ ਨੂੰ ਵਾਰਿਸ ਮਹਿਸੂਸ ਕਰ ਰਹੇ ਆ ਇਹਦਾ ਕੀ ਕਾਰਨ ਮੰਨਦੇ ਹੋ ਕਿ ਐਮਐਲਏ ਸਾਹਿਬ ਦਾ ਤਾਲਮੇਲ ਹੈ ਨਹੀਂ ਇੱਥੇ ਲੋਕਾਂ ਨਾਲ ਦੇਖੋ ਜੀ ਐਮਐਲਏ ਸਾਹਿਬ ਜਦੋਂ ਤੇ ਕਾਂਗਰਸ ਦੇ ਪ੍ਰਧਾਨ ਬਣਿਆ ਆਪਦੇ ਲੋਕਾਂ 'ਚ ਘਟਾਏ ਨੇ ਹੂੰ ਤੇ ਸ਼ੁਰੂ ਤੋਂ ਹੀ ਪਤਾ ਸੀ ਕਿ ਇਹਨਾਂ ਨੇ ਆਪਦੇ ਲੋਕਾਂ ਦੇ ਨਾਲ ਜ਼ਿਆਦਾ ਖੜਨਾ ਨਹੀਂ ਸ਼ੁਰੂ ਤੋਂ ਨਹੀਂ ਨਾ ਪਹਿਲਾਂ ਖੜੇ ਨਾ ਹੁਣ ਖੜਨਾ ਲਵਾਰਿਸ ਇਹ ਸਾਸ ਕੇ ਮਹਿਸੂਸ ਕਰ ਰਿਹਾ ਪ੍ਰਲਾਦ ਜੀ ਤੁਹਾਨੂੰ ਪਤਾ ਹੋਊਗਾ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਐਕਸਟੈਂਡ ਚੱਲਿਆ ਸੀ ਕਿ ਅਸੀਂ ਕੋਠੇ ਵੰਡਨੇ ਆ ਜਮੀਨਾਂ ਨਾ ਕਰ ਦੇਣੀ ਆ ਸਰਕਾਰੀ ਉਹਨਾਂ ਲੋਕਾਂ ਨੂੰ ਦੇ ਦੇਣੀ ਆ ਜਿਨ੍ਹਾਂ ਦੇ ਕੋਲੇ ਕੋਈ ਪੱਕੀ ਛੱਤ ਨਹੀਂ ਹੈਗੀ ਮੈਂ ਉਦੋਂ ਵੀ ਦੌਲਾ ਪਾਇਆ ਸੀ ਕਿ ਧੋਖਾ ਹੋਊਗਾ ਲੋਕਾਂ ਦੇ ਪੱਲੇ ਕੁਝ ਨਹੀਂ ਪੈਣਾ ਮਿਲੇ ਨੇ ਜੀ ਕੋਠੇ ਫਿਰ ਉਸੀ ਕੋਟਲੀ ਜਾ ਕੇ ਆਓ ਜਿਹੜੀ ਜ਼ਮੀਨ ਇਹਨਾਂ ਨੂੰ ਦਿੱਤੀ ਸੀ ਉਹ ਸਰਕਾਰ ਨੇ ਛਡਾ ਲਈ ਉਹਨਾਂ ਲੋਕਾਂ ਦੇ ਜਿਹੜੇ ਇਹਨਾਂ ਦੇ ਆਪਦੇ ਸੀ ਪੱਕੇ ਵੱਡੇ ਵੱਡੇ ਮਕਾਨਾਂ ਵਾਲੇ ਉਹਨਾਂ ਕੋਲੇ ਤਾਂ 30-30 ਹਜ਼ਾਰ ਦੇ ਚੈੱਕ ਆ ਗਏ ਜਿਨ੍ਹਾਂ ਨੂੰ ਸੱਚੀ ਲੋੜ ਸੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਵਾਅਦਾ ਕਰਤਾ ਕਿ ਕਰੀ ਐਮਐਲਏ ਬਣ ਜਾਈਏ ਤੇ ਦੇ ਦੇਾਂਗੇ ਵਿਚਾਰੇ ਲੋਕਾਂ ਨੇ ਸ਼ਾਇਦ ਬੁੱਟਾ ਪਾ ਵੀ ਦਿੱਤੀ ਹੁਣ ਭਰੋਸਾ ਕਰ ਗਿਓ ਕਿਸੇ ਇੱਕ ਨੂੰ ਰੁਪਿਆ ਜੇ ਮਿਲਿਆ ਹੋਇਆ ਤਾਂ ਮੈਨੂੰ ਦੱਸ ਦੋ ਕੇਂਦਰ ਦੇ ਵੀ ਪੈਸੇ ਇਹਨਾਂ ਨੇ ਲੁੱਟ ਖੋਟ ਕੀਤੀ ਐ ਮੈਂ ਬਹੁਤ ਰੌਲਾ ਪਾਇਆ ਲੇਕਿਨ ਆਪਣੇ ਲੋਕ ਮੈਨੂੰ ਲੱਗਦਾ ਹਦੇ ਵਿੱਚ ਆਸੇ ਚ ਆ ਜਾਂਦੇ ਜਦੋਂ ਐਡਾ ਵੱਡਾ ਗੱਪ ਇੱਡੇ ਵੱਡੇ ਸਿਆਣੇ ਲੀਡਰ ਮਾਰਨ ਤਾਂ ਕਰਕੇ ਲਵਾਰਿਸ ਮਹਿਸੂਸ ਕਰ ਰਹੇ ਆਪਦੇ ਆਪ ਨੂੰ ਕਿਉਂਕਿ ਐਡਾ ਧੋਖਾ ਹੋ ਗਿਆ ਤੇ ਕੋਈ ਬਾਤ ਪੁੱਛਣ ਵਾਲਾ ਨਹੀਂ ਢਿਲੋਂ ਸਾਹਿਬ ਜਦੋਂ ਕਾਂਗਰਸ ਦਾ ਰਾਜ ਸੀ ਤੁਸੀਂ ਵੀ ਇੱਥੇ ਬਹੁਤ ਇਕੱਠ ਕਰਕੇ ਗਿੱਦੜਵਾਚ ਮਜਾਰੇ ਵੀ ਕੀਤੇ ਕਿ ਕਰਨ ਕੁਟਾਰੀਆ ਪਰਿਵਾਰ ਫਰੀਦਕੋਟ ਤੋਂ ਉਹ ਜਿਹੜਾ ਕਾਂਡ ਹੋਇਆ ਸੀ ਬਹੁਤ ਦੁਖਦਾਈਕ ਆਪਣੇ ਹਿੰਦੂ ਭਰਾ ਸੀ ਸੋ ਇੱਕ ਉਹ ਇੱਕ ਮਨਰੇਗਾ ਦੇ ਪੈਸਿਆਂ ਦਾ ਇੱਕ ਨੌਜਵਾਨਾਂ ਦੇ ਵਜੀਫਿਆਂ ਦਾ ਤੁਸੀਂ ਕਈ ਮੁੱਦੇ ਉਠਾਏ ਸੀ ਵੋਟਾਂ ਤੋਂ ਬਾਅਦ ਕੀ ਉਹ ਸਾਰੇ ਛੱਡਦੇ ਕੀ ਕਰਨ ਕੁਟਾਰੀਆ ਦਾ ਕੇਸ ਚੱਲ ਰਿਹਾ ਕਿ ਕੇਸ ਚੱਲ ਰਿਹਾ ਜੀ ਨੈਸ਼ਨਲ ਹਿਊਮਨਾਈਜ਼ ਕਮਿਸ਼ਨ ਨੇ ਵੀ ਇੱਥੇ ਪਟੀਸ਼ਨ ਪਾਈ ਹੋਈ ਹੈ ਪਰ ਆਏ ਹਨ ਪ੍ਰਲਾਦ ਜੀ ਜਿਹੜੇ ਐਮਐਲਏ ਸਾਹ ਦੇ ਸਾਥੀ ਨੇ ਆਪ ਵੀ ਇਹ ਬਹੁਤ ਵੱਡੀਆਂ ਪਾਵਰਾਂ ਮੰਨ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਉਸ ਪਰਿਵਾਰ ਨੂੰ ਜਦੋਂ ਡਰਾਤਮਕਾ ਕੇ ਚੁੱਪ ਕਰਾ ਲੈਂਦੇ ਕਦੇ ਪੈਸੇ ਦੇ ਕੇ ਚੁੱਪ ਕਰਾ ਬਹੁਤ ਕੁਝ ਹੁੰਦਾ ਲੇਕਿਨ ਜਿੰਨਾ ਚਿਰ ਉਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਜਿੰਨਾ ਚਿੱਕਰ ਉਹਨਾਂ ਦੇ ਹੱਕ 'ਚ ਫੈਸਲਾ ਨਹੀਂ ਹੁੰਦਾ ਅਸੀਂ ਕਦੇ ਸਿਆਸਤ ਨਹੀਂ ਨਾ ਮੁੱਦਿਆਂ ਤੇ ਖੇਡੀ ਉਹਨਾਂ ਦੇ ਨਾਲ ਹੀ ਖੜੇ ਆ ਤੇ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੋਊਗੀ ਭਾਵੇਂ ਅਸੀਂ ਪਾਵਰ 'ਚ ਹੈਗੇ ਆ ਨਹੀਂ ਹੈਗੇ ਆ ਜਿੰਨੇ ਜੋਗੇ ਆ ਉਹਨਾਂ ਸਾਰੇ ਬੰਦਿਆਂ ਦੇ ਨਾਲ ਖੜਾਂਗੇ ਮੰਦਰੀਗਾ 'ਚ ਜਿਹੜੇ ਇਹਨਾਂ ਨੇ ਸਕੈਮ ਕੀਤੇ ਬਹੁਤ ਲੋਕਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਲੇਕਿਨ ਜਿੰਨਾ ਚਿੱਕਰ ਉਹਨਾਂ ਦੇ ਹੱਕ 'ਚ ਫੈਸਲਾ ਨਹੀਂ ਆ ਜਾਂਦਾ ਸਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ ਅਸੀਂ ਲੱਗੇ ਪਏ ਕਦੇ ਉਹਨਾਂ ਮੁੱਦਿਆਂ ਨੂੰ ਛੱਡਾਂਗੇ ਨਹੀਂ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਬੰਦੇ ਦੀ ਜ਼ਬਾਨ ਜਿਹੜੀ ਹੁੰਦੀ ਆ ਨਾ ਉਸ ਤੇ ਲੋਕ ਫੁੱਲ ਚੜਾਉਂਦੇ ਆ ਤੇ ਜੇ ਅਸੀਂ ਇੱਕ ਵਾਰੀ ਕਹਿ ਤਾ ਉਸ ਉਹਨਾਂ ਮੁੱਦਿਆਂ ਤੇ ਇਹਨਾਂ ਨੂੰ ਸੱਚ ਤੇ ਹੱਕ ਤੇ ਪਹਿਰਾ ਦੇਵਾਂਗੇ ਇਨਸਾਫ ਦੇ ਵਾਕੇ ਰਵਾਂਗੇ ਫਿਰ ਜੋ ਮਰਜ਼ੀ ਹੋ ਜੇ ਹਾਰੀਏ ਭਾਵੇਂ ਜਿੱਤੀਏ ਇਸ ਮੁੱਦਿਆਂ ਤੇ ਪਹਿਰਾ ਦੇਵਾਂਗੇ ਢਿਲੋਂ ਸਾਹਿਬ ਕਿਸਾਨ ਅੰਦੋਲਨ ਦਿੱਲੀ ਚੱਲਿਆ ਤੁਸੀਂ ਉਹਦੇ ਚ ਬਹੁਤ ਵੱਡਾ ਯੋਗਦਾਨ ਪਾਇਆ ਫਰੀਦ ਉਹ ਬੱਸਾਂ ਵੀ ਚਲਾਈਆਂ ਜਿਹੜੇ ਦਿੱਲੀ ਤੋਂ ਆਉਂਦੀ ਸੀ ਇਧਰੋਂ ਦਿੱਲੀ ਜਾਂਦੀ ਸੀ ਉਹਦੇ ਚ 26 ਜਨਵਰੀ ਦਾ ਉਥੇ ਇੱਕ ਕਾਂਡ ਵਾਪਰਿਆ। ਉਹਦੇ ਚ ਆਪਣੇ ਗਿੱਦੜ ਵਹਾ ਹਲਕੇ ਦੇ ਵੀ ਨੌਜਵਾਨ ਮੁੰਡੇ ਕਈ ਵਿਚਾਰੇ ਆਏ ਉਹਨਾਂ ਤੇ ਕੇਸ ਬਣੇ। ਉਹਨਾਂ ਦੇ ਅੰਦਰ ਕੀਤੇ ਉਹਨਾਂ ਦੀ ਕਾਂਗਰਸ ਸਰਕਾਰ ਨੇ ਕੋਈ ਪੈਰਵਾਈ ਨਹੀਂ ਕੀਤੀ। ਤੁਸੀਂ ਉਹਨਾਂ ਦਾ ਮਤਲਬ ਜ਼ਮਾਨਤਾਂ ਕਰਾ ਕੇ ਉਹਨਾਂ ਨੂੰ ਲੈ ਕੇ ਆਏ। ਹਾਂਜੀ ਕੀ ਇਹ ਤੁਸੀਂ ਆਪ ਦੇ ਤੌਰ ਤੇ ਕੀਤਾ ਕਿ ਜਾਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕਿਵੇਂ ਉਹ ਕੇਂਦਰ ਸਰਕਾਰ ਨੇ ਤਾਂ ਪ੍ਰਲਾਦ ਜੀ ਉਹਨਾਂ ਨੂੰ ਅੰਦਰ ਦਿੱਤਾ ਸੀ ਉਹਨਾਂ ਨੇ ਤਾਂ ਕਿਹੜਾ ਸਹਿਯੋਗ ਦੇਣਾ ਸੀ। ਇੱਕ ਆਪਣਾ ਦੋ ਬੰਦੇ ਸੀਗੇ ਆਪਣੇ ਭੁੱਲਰ ਪਿੰਡ ਦੇ ਜੀ। ਹੂੰ। ਇੱਕ ਖਿੜਕੀਆਂ ਵਾਲੇ ਦਾ ਸੀ ਤੇ ਇੱਕ ਆਸਾ ਬੁੱਟਰ ਦਾ ਸੀ ਆਪਣਾ ਚਾਰਾਂ ਨੂੰ ਅਸੀਂ ਉੱਥੇ ਕੇਸ ਆ ਲੜ ਕੇ ਬੀਬੀ ਜੀ ਹਰੇ ਰਵਿੰਦਰ ਬੱਤਰਾ ਜੀ ਸੀਗੇ ਉੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਤੇ ਹੋਰ ਬਹੁਤ ਸੇ ਹੋ ਗਈ ਵਕੀਲ ਸੀ ਅਸੀਂ ਕਿਰਾਇਆ ਟਾਈਮ ਲੱਗ ਗਿਆ ਪਰ ਕੱਲੇ ਕੱਲੇ ਨੂੰ ਛੁਲਾ ਕੇ ਲਿਆ ਜੇ ਉੱਥੇ ਜਾ ਕੇ ਬੰਦਿਆਂ ਦੇ ਕੇਸ ਹੋਏ ਸੀ ਤਾਂ ਹੱਕ ਤਾਂ ਪੰਜਾਬ ਦੀ ਸਰਕਾਰ ਦਾ ਬੰਦਾ ਸੀ ਉਹਨਾਂ ਨੂੰ ਛੁਲਾਉਂਦਾ ਪਰ ਇਹਨਾਂ ਨੇ ਤਾਂ ਕਿਸੇ ਦੀ ਬਾਤ ਵੀ ਨਹੀਂ ਪੁੱਛੀ ਪਰ ਹਲਕੇ ਦੇ ਸਾਡੇ ਬੰਦੇ ਸੀ ਜੇ ਅਸੀਂ ਕਹਿੰਨੇ ਆ ਮੇਰਾ ਹਲਕਾ ਮੇਰਾ ਪਰਿਵਾਰ ਤਾਂ ਪਰਿਵਾਰ ਵਾਂਗੂ ਖੜਨਾ ਵੀ ਸਾਨੂੰ ਆਪ ਨੂੰ ਹੀ ਪੈਂਦਾ ਸਾਰਿਆਂ ਨੂੰ ਛਡਾ ਕੇ ਲਿਆ ਉਹਨਾਂ ਦੇ ਬੇਲਮਾਨੀ ਭਰੇ ਕਿਉਂਕਿ ਉਹਨਾਂ ਦੇ ਪਰਿਵਾਰ ਕੋਲੇ ਪੈਸੇ ਨਹੀਂ ਸੀ ਬੇਲ ਭਰਨ ਦੇ ਸਾਰੇ ਕੇਸ ਆ ਕੇ ਮੁੱਕ ਗਏ ਜੀ ਨਹੀਂ ਕਈਆਂ ਦੇ ਕੇਸ ਚੱਲੇ ਆ ਜੇ ਮੁੱਕੇ ਨਹੀਂ ਪਰ ਬੇਲ ਮਿਲੀ ਹੋਈ ਹੈ ਤਾਂ ਉਹ ਆਪਦੇ ਘਰੇ ਸੁਖੀ ਆ ਗਏ ਆ ਜਦੋਂ ਲੋਲ ਹੁੰਦੀਆਂ ਨੇ ਇਥੋਂ ਭੇਜੀ ਦਾ ਗਵਾਖ ਨੂੰ ਭੇਜੀਦੇ ਆ ਤਾਂ ਉਹਨਾਂ ਨਾਲ ਇਨ ਟੱਚ ਆ ਪਰ ਜਿਹੜੀ ਵੱਡੀ ਗੱਲ ਸੀ ਉਹਨਾਂ ਦੀ ਇੱਕ ਦੀ ਘਰ ਵਾਲੀ ਹਜੇ ਗਰਭ ਤੋਂ ਸੀ ਜੀ ਉਹਨਾਂ ਦੇ ਪੇਟ ਤੋਂ ਬੱਚਾ ਆਉਣ ਵਾਲਾ ਸੀ ਤਾਂ ਉਹ ਕਿਤੇ ਜਾ ਨਹੀਂ ਸਕਦੇ ਸੀ ਉਹ ਮੇਰੇ ਤਾਂ ਉਹ ਭੈਣ ਬਣੇ ਹੋਏ ਆ ਤਾਂ ਉਹਨਾਂ ਦਾ ਮੈਨੂੰ ਫੋਨ ਆਉਂਦਾ ਸੀ ਜੀ ਵੀਰ ਜੀ ਉਹਨਾਂ ਨੂੰ ਛਡਾਓ ਮੈਂ ਤਾਂ ਕੱਲੀ ਆ ਮੇਰਾ ਕੋਈ ਹਾਲ ਨਹੀਂ ਇੱਥੇ ਕੱਲੀ ਰਹਿਣ ਦਾ ਉਹਨਾਂ ਦੀ ਵੀ ਮਦਦ ਕੀਤੀ ਪਿੰਡ ਵਾਲਿਆਂ ਨੇ ਬੜੇ ਸਹਿਯੋਗ ਦਿੱਤਾ ਤੇ ਜਿੰਨਾਂ ਚਿਰ ਆਏ ਨਹੀਂ ਉਹ ਵਕੀਲ ਵਿਚਾਰੇ ਲੜਦੇ ਰਹੇ ਤੇ ਮੈਂ ਲੰਦਾ ਸਾਰਿਆਂ ਨੂੰ ਅਸੀਂ 1.5 ਮਹੀਨੇ ਛਡਾ ਕੇ ਚਾਰ ਚਾਰ ਬੰਦੇ ਸੀ ਸਾਡੇ ਸਾਰਿਆਂ ਨੂੰ ਛੁਡਾ ਕੇ ਲਿਆਏ ਸੀ ਪਾਏ ਕਾਂਗਰਸ ਦੇ ਰਾਜ ਚ ਵੀ ਆਦੇ ਸੀਗੇ ਕਿ ਸਾਡੀ ਚੱਲਦੀ ਨਹੀਂ ਕਾਲੀਆਂ ਦੀ ਚੱਲਦੀ ਹੈ ਹੁਣ ਵੀ ਆਖ ਜਾਂਦੇ ਸਾਨੂੰ ਕੋ ਪੁੱਛਦਾ ਨਹੀਂ ਕਾਲੀਆਂ ਨੂੰ ਪੁੱਛਦੇ ਐ ਇਹੋ ਜੀ ਚੜੀ ਜੜੀ ਬੂਟੀ ਆ ਤੁਹਾਡੀ ਪਰਲਾਜ ਜੀ ਕੋਈ ਜੜੀ ਬੂਟੀ ਨਹੀਂ ਹੁੰਦੀ ਬੰਦੇ ਦੇ ਕੰਮ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਜੇ ਤੁਹਾਡਾ ਮਨ ਆ ਨਾ ਕਿ ਮੈਂ ਇਹ ਕੰਮ ਕਰਨਾ ਸਰਕਾਰ ਹੋਵੇ ਨਾ ਹੋਵੇ ਕੋਈ ਨਾ ਕੋਈ ਤਰੀਕਾ ਮਿਲ ਹੀ ਜਾਂਦਾ ਇਹ ਸਰਕਾਰ ਨੇ ਤਾਂ ਕਹਿਤਾ ਸੀ ਕਿ ਉਹ ਬੰਦੇ ਛੁੱਟਦੇ ਹੀ ਨਹੀਂ ਇਹ ਤਾਂ ਕਹਿੰਦੀ ਸੀ ਉਹ ਕੁਝ ਮਰਜ਼ੀ ਕਰ ਲੋ ਬੰਦੇ ਛੁੱਟਦੇ ਨਹੀਂ ਇੱਥੋਂ ਚੱਕ ਕੇ ਲੈ ਕੇ ਗਏ ਸੀ ਅਸੀਂ ਕਿਵੇਂ ਛਡਾ ਲੇ ਹੂੰ ਕੋਈ ਜੜੀ ਬੂਟੀ ਨਹੀਂ ਹੁੰਦੀ ਮਨ ਹੋਣਾ ਚਾਹੀਦਾ ਕੁਝ ਕਰਨ ਦਾ ਉਹਨਾਂ ਦਾ ਦੁੱਖ ਮੈਨੂੰ ਯਾਦ ਆਉਂਦਾ ਹਜੇ ਵੀ ਕਿਵੇਂ ਉਹ ਵਿਚਾਰੀਆਂ ਕੁੜੀਆਂ ਰੋਂਦੀਆਂ ਸੀ ਹੂੰ ਉਹਨਾਂ ਦੇ ਲਈ ਸਟੈਂਡ ਲੈ ਕੇ ਮਨ ਦ੍ਰਿੜ ਕਰ ਲਿਆ ਕਿ ਯਾਰ ਇਹਨਾਂ ਨੂੰ ਛੜਾ ਕੇ ਹੀ ਲਿਆਉਣਾ ਕਿਵੇਂ ਨਹੀਂ ਤਰੀਕਾ ਲੱਭਦਾ ਦੇਰ ਆਵੇ ਦਰਸਤਾਵੇ ਫੈਸਲਾ ਆ ਹੀ ਜਾਂਦਾ ਹੁੰਦਾ ਪਰ ਇੱਛਾ ਹੋਣੀ ਚਾਹੀਦੀ ਹੈ ਕਰਨ ਦੀ ਹੂੰ ਢੀਲੋਂ ਸਾਹਿਬ ਤੁਹਾਡੀਆਂ ਫੋਟੋ ਵੇਖਦੀਆਂ ਰੋਜ਼ ਫੇਸਬੁੱਕ ਤੇ ਤੁਸੀਂ ਦੁੱਖ ਸੁੱਖ ਚ ਭੋਗ ਤੇ ਵਿਆਹ ਸ਼ਾਦੀ ਚ ਹਰੇਕ ਤਾਂ ਕਿਸੇ ਦਾ ਸਿਰ ਵੀ ਦੁਖਦਾ ਹਾਜ਼ਰ ਹੁੰਨੇ ਆ ਤੁਹਾਡੇ ਚਾਲ ਚੱਲਣ ਤੋਂ ਲੱਗਦਾ ਕਿ ਗਿੱਦੜਵਾ ਹਲਕੇ ਨਾਲ ਤੁਹਾਡਾ ਬੜਾ ਪਿਆਰਾ ਪਰ ਫਿਰ ਵੀ ਐਦਕੀ ਆਪਣੀ ਹਾਰ ਹੋਈ ਸਿਆਸੀ ਮਹਾਰਾਜ ਨੂੰ ਹਾਰਤਾ ਨਹੀਂ ਮੰਨਦੇ ਕਿਉਂਕਿ ਥੋੜੀਆਂ ਵੋਟਾਂ ਦਾ ਫਰਕ ਹੈ ਪਰ ਫਿਰ ਵੀ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਇਸ ਵਾਰ ਆਪਾਂ ਨੂੰ ਕਿਉਂ ਹਾਰ ਦਾ ਮੂੰਹ ਵੇਖਣਾ ਪਿਆ ਦੇਖੋ ਜੀ ਪ੍ਰਲਾਦ ਜੀ ਪਿਆਰ ਤਾਂ ਬਹੁਤ ਹੈ ਮੇਰਾ ਕੋਈ ਰਿਸ਼ਤਾ ਸਿਆਸਤਦਾਨੀ ਇਸ ਇਲਾਕੇ ਨਾਲ ਦੇਖੋ ਜੇ ਕੋਈ ਪਿਆਰ ਸੀ ਤਾਂ ਹੀ ਮੈਂ ਉੱਥੋਂ ਮੁੜਿਆ ਨਹੀਂ ਤਾਂ ਲੰਡਨ ਮੈਂ ਪੜਦਾ ਸੀ ਚੰਗਾ ਰਹਿੰਦਾ ਸੀ ਚੰਗਾ ਖਾਂਦਾ ਪੀਂਦਾ ਸੀ ਕੋਈ ਲੋੜ ਨਹੀਂ ਸੀ ਮੈਨੂੰ ਵਾਪਸ ਆਉਣ ਦੀ ਲੇਕਿਨ ਜੇ ਪਿਆਰ ਸੀ ਤਾਂ ਹੀ ਇੱਥੇ ਮੁੜ ਕੇ ਆਏ ਤੇ ਪਿਆਰ ਕਦੇ ਵੀ ਵੋਟਾਂ ਦੀ ਗਿਣਤੀ ਨਾਲ ਨਹੀਂ ਤੋਲਿਆ ਜਾਂਦਾ ਹੁੰਦਾ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲੇਕਿਨ ਪਿਆਰ ਪਿਆਰ ਹੀ ਰਹਿੰਦਾ ਜੀ ਮੈਨੂੰ ਲੱਗਦਾ ਇੱਕ ਤਾਂ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਅੰਡਰ ਕਰੰਸੀ ਇਹਨਾਂ ਨੂੰ ਲੋਕ ਚਾਹੁੰਦੇ ਸੀ ਹੂੰ ਆ ਕਰਕੇ ਜਿਹੜੇ ਇੱਥੋਂ ਦੇ ਉਮੀਦਵਾਰ ਸੀਗੇ ਉਹਨਾਂ ਨੇ ਬਿਨਾ ਕੋਈ ਮਿਹਨਤ ਕਰੇ ਬਿਨਾ ਹਲਕੇ ਜਬਾਲਾ ਜਾਏ 30000 ਵੋਟ ਲੈ ਲਈ ਕੋਈ ਮਾਮੂਲੀ ਕਰਨੀ ਦੂਜਾ ਮੈਨੂੰ ਇਹ ਲੱਗਦਾ ਕਿ ਜਿਹੜੇ ਪੈਸੇ ਦੀ ਵਰਤੋਂ ਹੋਈ ਨਾ ਸਰਕਾਰੀ ਢਾਂਚਿਆਂ ਦੇ ਨਾਲ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਲੋਕ ਨਹੀਂ ਵਿਕੇ ਬਹੁਤ ਹੱਦ ਤੱਕ ਪਰ ਉਹ ਜਿਹੜਾ ਪੈਸਾ ਵਰਤਿਆ ਗਿਆ ਝੂਠ ਬੋਲ ਕੇ ਦੀ 40000 ਦੇ ਚੈੱਕ ਦਿਖਾ-ਦਖਾ ਕੇ ਮਿਲੇ ਉਹਨਾਂ ਨੂੰ ਹਜੇ ਵੀ ਨਹੀਂ ਵੋਟਾਂ ਚ ਕਨਵਰਟ ਕੀਤਾ ਗਿਆ ਲੋਕਾਂ ਨੂੰ ਕਿਹਾ ਕਿ ਤੁਹਾਡੇ ਮਕਾਨ ਪਵਾ ਦੇਾਂਗੇ ਤੁਸੀਂ ਬਸ ਇੱਕ ਵਾਰੀ ਸਾਨੂੰ ਵੋਟ ਫੜਾ ਦਿਓ ਉਹ ਚੀਜ਼ਾਂ ਦੇ ਨਾਲ ਬਹੁਤ ਇਫੈਕਟ ਹੋਇਆ ਕਿ ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਲੱਗਿਆ ਕਿ ਯਾਰ ਚਲ ਆਇਆ ਯਾਰ ਇਹ ਕਾਲੀਦਾਨ ਨੂੰ ਪਾਉਨੇ ਆ ਸ਼ਾਇਦ ਸਾਡਾ ਘਰ ਹੀ ਬਣ ਜੇ ਮੈਂ ਤਾਂ ਕਹਿਣਾ ਚਲੋ ਵੋਟ ਪੈ ਗਈ ਐਮਐਲਏ ਸਾਹਿਬ ਜਿੱਤ ਗਏ ਯਾਰ ਉਹਨਾਂ ਦੇ ਘਰ ਤਾਂ ਬਣਾ ਦੋ ਅਸੀਂ ਹਰ ਨਾਲੇ ਹਰ ਗਏ ਪਰ ਉਹਨਾਂ ਦਾ ਜਿਸ ਕਲ ਕਰਕੇ ਉਹਨਾਂ ਨੇ ਤੁਹਾਨੂੰ ਵੋਟ ਪਾਈ ਆ ਉਹ ਤਾਂ ਉਹਨਾਂ ਦਾ ਪ੍ਰੋਮਿਸ ਪੂਰਾ ਕੀਤਾ ਜਾਵੇ ਇੱਕ ਆਪ ਦਾ ਅੰਡਰ ਕਰੰਟ ਇਹ ਪੈਸਾ ਵਰਤਿਆ ਗਿਆ ਲੇਕਿਨ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਏ ਸੀ ਕਿ ਲੋਕ ਬਦਲਾਵ ਚਾਹੁੰਦੇ ਸੀ ਲੋਕ ਇਹ ਚਾਹੁੰਦੇ ਸੀ ਕਿ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਹੋ ਜੀ ਸਰਕਾਰ ਬਣਾਈ ਜਿਹੜਾ ਕੋਈ ਨਵਾਂ ਕਰੇ ਉਹ ਨਵਾਂ ਤਾਂ ਕਰ ਹੀ ਜਾਂਦੇ ਆਪਾਂ ਨੂੰ ਦਿਸੀ ਜਾਂਦਾ ਜੋ ਕਰੀ ਜਾਂਦੇ ਆ ਇਹ ਤਿੰਨ ਫੈਕਟਰਸ ਕਰਕੇ ਆਪਾਂ 12-1300 ਵੋਟਾਂ ਤੇ ਰਹਿ ਗਏ ਆਲਮੋਸਟ ਆਏ ਸੀ ਕਿ ਅੱਤ ਕੀ ਮੋਰਚਾ ਫਤਿਹ ਕਰਦੇ ਆਂਗੇ ਪਰ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਬੰਦਿਆਂ ਦਾ ਖੇਡ ਹੁੰਦਾ ਹੈ ਲੜਾਂਗੇ ਦੁਬਾਰਾ ਮੋਰਚਾ ਫਤਿਹ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਕਿਰਪਾ ਲੋਕਾਂ ਦੀ ਹਜਤ ਹੈ ਬਣੀ ਰਹੀ ਆਪਾਂ ਹੋਰ ਵਧਾਦਾਂਗੇ ਹਮ ਈਲੋਂ ਸਾਹਿਬ ਇੱਕ ਨਾ ਰਾਹੁਲ ਗਾਂਧੀ ਸਾਹਿਬ ਦੀ ਅਗਵਾਈ 'ਚ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਕੱਢੀ ਤੁਹਾਡੇ ਫਾਦਰ ਸਾਹਿਬ ਨੇ ਵੀ ਉਹਦੇ ਤੇ ਇੱਕ ਦੋ ਇੰਟਰਵਿਊਆਂ ਕੀਤੀਆਂ ਕਿ ਉਹ ਭਾਰਤ ਜੋੜੋ ਯਾਤਰਾ ਇੱਥੇ ਪਸਲੀ ਤੋੜੋ ਯਾਤਰਾ ਬਣ ਗਈ ਇੱਕ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੂੰ ਜਾਂ ਕਿਸੇ ਵੀ ਪਾਰਟੀ ਦੇ ਪ੍ਰਧਾਨ ਨੂੰ ਇੱਕ ਸੈਂਟਰ ਦੇ ਪ੍ਰਧਾਨ ਦੇ ਸਕਿਉਰਿਟੀ ਗਾਰਡ ਵੱਲੋਂ ਧੱਕੇ ਮਾਰੇ ਜਾਣ ਇਹਦੇ ਬਾਰੇ ਤੁਸੀਂ ਦੱਸੋ ਕਿ ਇਹ ਕੋਈ ਪਲਾਨ ਹੈ ਕਿ ਜਾਂ ਕੋਈ ਇਹ ਸਕਿਉਰਿਟੀ ਵਾਲਾਂ ਦਾ ਕੋਈ ਆਪਦਾ ਸਿਸਟਮ ਆ ਉਹ ਨੇੜੇ ਕਿਸ ਨੂੰ ਆਉਣ ਨਹੀਂ ਦਿੰਦੇ ਸਭ ਤੋਂ ਵੱਡੀ ਗੱਲ ਤਾਂ ਜੀ ਬਹੁਤ ਮਾੜਾ ਹੋਇਆ ਰਾਜਾ ਵਿਰਿੰਗ ਜੀ ਨਾਲ ਸਾਡੇ ਲੱਖ ਸਿਆਸੀ ਵਿਰੋਧ ਹੋ ਸਕਦਾ ਉਹਨਾਂ ਨਾਲ ਕਈ ਚੀਜ਼ਾਂ ਤੇ ਅਸੀਂ ਇਹ ਇੱਕ ਦੂਜੇ ਦਾ ਵਿਰੋਧ ਵੀ ਕਰੀਦਾ ਸਾਡੇ ਦੁਸ਼ਮਨ ਵੀ ਉਹ ਸਿਆਸਤ ਕਰਕੇ ਹੋ ਸਕਦੇ ਕੋਈ ਨੈਤਿਕ ਦੁਸ਼ਮਣੀ ਹੈ ਨਹੀਂ ਜੀ ਸਾਡੇ ਵਿਚਾਰਾਂ ਦਾ ਵਿਰੋਧ ਆ ਲੇਕਿਨ ਉਹਨਾਂ ਨਾਲ ਇਹ ਨਹੀਂ ਹੋਣਾ ਚਾਹੀਦਾ ਬਹੁਤ ਗਲਤ ਹੋਇਆ ਮੌਜੂਦਾ ਪ੍ਰਧਾਨ ਨੂੰ ਐ ਤੱਕੇ ਮਾਰਨੇ ਸ਼ੋਭਾ ਨਹੀਂ ਦਿੰਦੇ ਜੀ ਤੇ ਕਿਉਂਕਿ ਉਹਨਾਂ ਨੇ ਸਿਰ ਤੇ ਦਸਤਾਰ ਸਜਾਈ ਹੋਈ ਸੀ ਇਹ ਉਦੋਂ ਵੀ ਮਾਲਾ ਹੋਇਆ ਕਿ ਸਿੱਖ ਬੰਦੇ ਨੂੰ ਚਾਹੇ ਉਹ ਪਤਾ ਨਹੀਂ ਉਹ ਹੁਣੇ ਹੀ ਦਸਤਾਰ ਸਜਾਉਣ ਲੱਗੇ ਆ ਲੇਕਿਨ ਇੱਕ ਦਸਤਾਰ ਬੰਨੀ ਹੋਈ ਇਨਸਾਨ ਨੂੰ ਏ ੱਤਕੇ ਮਾਰਨੇ ਉਹਦੀ ਬੇਅਦਬੀ ਕਰਨੀ ਮੈਂ ਸਮਝਦਾ ਬਹੁਤ ਮਾੜਾ ਹੋਇਆ ਕਾਂਗਰਸ ਨੇ ਕਦੇ ਵੀ ਸਿੱਖਾਂ ਦੇ ਪ੍ਰਤੀ ਚੰਗੀ ਸੋਚ ਨਹੀਂ ਰੱਖੀ ਤਾਂ ਹੀ ਕਰਕੇ ਮੈਨੂੰ ਲੱਗਦਾ ਕਿ ਇੱਕ ਤਾਂ ਉਹ ਸਿੱਖਾਂ ਦੇ ਇਲਾਕੇ ਚ ਆ ਕੇ ਪੰਜਾਬ ਚ ਆ ਕੇ ਸਿੱਖ ਪ੍ਰਧਾਨ ਨੂੰ ੱਤਕੇ ਮਾਰ ਕੇ ਸ਼ਾਇਦ ਉਹਨਾਂ ਨੂੰ ਨੀਚਾ ਦਿਖਾਇਆ ਗਿਆ ਕੀ ਪਲਾਨ ਸੀ ਕੀ ਨਹੀਂ ਸੀ ਇਹ ਰੱਬ ਜਾਣਦਾ ਜੀ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਕੀ ਪਲੈਨਿੰਗ ਸੀ ਕਿਉਂ ਤੱਕੇ ਵਜੇ ਕੀ ਹੋਇਆ ਮੈਂ ਤਾਂ ਇੰਨਾ ਕਹਿ ਸਕਦਾ ਕਿ ਮਾੜਾ ਕੰਮ ਹੈ ਨਹੀਂ ਹੋਣਾ ਚਾਹੀਦਾ ਸੀ ਚਾਹੇ ਉਹ ਸਾਡੇ ਵਿਰੋਧੀ ਨੇ ਚਾਹੇ ਸਾਡੇ ਉਹਨਾਂ ਦੇ ਲੱਖ ਵਿਰੋਧ ਹੋਊਗਾ ਠੀਕ ਪਰ ਕਿਸੇ ਵੀ ਇਨਸਾਨ ਦੀ ਆਇ ਜਲੀਲ ਉਹਨਾਂ ਨੂੰ ਨਹੀਂ ਕਰਨੀ ਜੇ ਖਾਸ ਕਰਕੇ ਜੇ ਕਿਸੇ ਇਨਸਾਨ ਦੇ ਪੱਗ ਬੰਨੀ ਹੈ ਮੌਜੂਦਾ ਪ੍ਰਧਾਨ ਸੀ ਉਹਨਾਂ ਨੂੰ ਐ ਜਲਾਲਤ ਨਹੀਂ ਹੋਣੀ ਚਾਹੀਦੀ ਸੀ ਗਲਤ ਕੰਮ ਹੈ ਟੋਟੇਲੋਂ ਸਾਹਿਬ ਤੁਹਾਡੇ ਬਾਗ ਦਰਸ਼ਕਾਂ ਨੂੰ ਵੀ ਵਿਖਾ ਦਈਏ ਮੈਂ ਤਾਂ ਵੇਖਿਆ ਜੀ ਬਹੁਤ ਰੌਣਕਾਂ ਲੱਗੀਆਂ ਮਹਾਰਾਜ ਕੀ ਮੈਂ ਤੁਹਾਨੂੰ ਦਿਖਾਉਣਾ ਆਓ ਜੀ ਹਾਂਜੀ ਕੈਮਰਾਮੈਨ ਨੂੰ ਕਹੋ ਮਾੜਾ ਜਿਹਾ ਦਿਖਾਵੇ ਦਿਖਾਈ ਬਈ ਇਧਰ ਆਪਣੇ ਪ੍ਰਲਾਦ ਜੀ ਇੱਥੇ ਛੋਟਾ ਬਾਗ ਲੱਗਿਆ ਹੋਇਆ ਸਾਰਾ ਡ੍ਰਿਪ ਸਿਸਟਮ ਤੇ ਕੀਤਾ ਹੋਇਆ ਠੀਕ ਹੈ ਇੱਥੇ ਜਿਹੜੀ ਡਿੱਗੀ ਬਣੀ ਆ ਉਹ ਤੋਂ ਤੁਪਕਾ ਤੁਪਕਾ ਕਰਕੇ ਪਾਣੀ ਆਉਂਦਾ ਉਹ ਅੱਗੇ ਮਾਲਟਾ ਲੱਗਿਆ ਜੀ ਇੱਥੇ ਕਿੰਨੂ ਲੱਗਿਆ ਠੀਕ ਹੈ ਜੀ ਇਧਰ ਜਿਹੜਾ ਦੂਜੇ ਪਾਸੇ ਤੁਸੀਂ ਦੇਖੋਗੇ ਆਪਣੇ ਨਿੱਕੇ ਵੱਡਾ ਬਾਗ ਆ ਜਿਹੜਾ ਮੇਰੇ ਦਾਦਾ ਜੀ ਵੱਲੋਂ ਲਾਇਆ ਗਿਆ ਫਲੱਡ ਨਾਲ ਅਸੀਂ ਇਹਨੂੰ ਪਾਣੀ ਇਰੀਗੇਸ਼ਨ ਕਰਦੇ ਆ ਠੀਕ ਇਧਰਲੇ ਪਾਸੇ ਡਿੱਗੀ ਬਣੀ ਆ ਹਮ ਵਿੱਚ ਬਾਗ ਲੱਗਿਆ ਤੇ ਦੂਰ ਦੂਰ ਤੱਕ ਜਿਹੜੇ ਉਹ ਜ਼ਮੀਨ ਆ ਹਮ ਉੱਥੇ ਆਪਣੀ ਫਸਲ ਬਾਈ ਹੁੰਦੀ ਆ ਕਣਕ ਝੋਨਾ ਨਰਮਾ ਬੀਜਦੇ ਠੀਕ ਆ ਜੀ ਇਹ ਸਾਰਾ ਆਪਣਾ ਕਿਹਾ ਇੱਥੇ ਮੈਂ ਬੈਠਣ ਵਾਸਤੇ ਥੋੜੀ ਜਿਹੀ ਜਗ੍ਹਾ ਬਣਾਈ ਆ ਜਦੋਂ ਕੋਈ ਸੱਜਣ ਆਉਂਦਾ ਜਾਂ ਜਦੋਂ ਮੈਂ ਆਪ ਬੈਠਣਾ ਹੋਵੇ ਤਾਂ ਇੱਥੇ ਝੋਪੜੀ 'ਚ ਬੈਠ ਜਾਈਦਾ ਥੱਲੇ ਆਫਿਸ ਬਣਿਆ ਇੱਥੇ ਆ ਕੇ ਬੜਾ ਮੇਰਾ ਹਲਾ ਸਾਹਿਬ ਵਿਦੇਸ਼ ਚ ਪੜ੍ਹਾਈ ਹੈ ਇਹ ਤੁਹਾਨੂੰ ਇਹ ਕੰਮ ਔਖਾ ਨਹੀਂ ਲੱਗਦਾ ਖੇਤੀਬਾੜੀ ਤਾਂ ਅੱਜ ਕੱਲ੍ਹ ਦੇ ਨਾਲ ਜਵਾਨਾ ਸਭ ਤੋਂ ਵਧੀਆ ਲੱਗਦਾ ਜੀ ਖੇਤੀਬਾੜੀ ਵਰਗਾ ਕੋਈ ਪ੍ਰੋਫੈਸ਼ਨ ਹੀ ਹੈ ਹਮ ਕਫਾਇਤੀ ਵੀ ਹੈ ਫਾਇਦਾ ਵੀ ਹੁੰਦਾ ਆਏ ਨਹੀਂ ਕਿ ਇਹਦੇ ਚ ਕੋਈ ਨੁਕਸਾਨ ਵਾਲਾ ਕਰਨ ਦਾ ਵੱਲ ਹੋਣਾ ਚਾਹੀਦਾ ਕਰਨ ਦੀ ਇੱਛਾ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਸਭ ਤੋਂ ਚੰਗਾ ਤੇ ਸਭ ਤੋਂ ਸੌਖਾ ਕੰਮ ਇੱਥੇ ਨਾਲੇ ਤਾਂ ਮੈਂ ਤੁਰਦਾ ਫਿਰਦਾ ਵਿੱਚਾਂ ਜੀ ਹੈਲਥ ਬੜੀ ਵਧੀਆ ਰਹਿੰਦੀ ਆ ਤੇ ਨਾਲੇ ਜਿਹੜਾ ਆਪਣਾ ਕੰਮ ਆ ਪੁਰਾਣਾ ਪਿਤਾਪੁਰਖੀ ਕੰਮ ਐਦੋ ਵਧੀਆ ਕੀ ਕੰਮ ਹੋ ਸਕਦਾ ਇੱਥੇ ਤੁਸੀਂ ਫਿਰ ਰੋਜ ਆਉਣੇ ਆ ਜੀ ਰੋਜ ਆਉਣਾ ਜੀ ਪਹਿਲਾਂ ਮੈਂ ਦਿਨੇ ਹਲਕੇ ਚੋਂ ਨਾਲ ਹਲਕੇ ਤੋਂ ਬਾਅਦ ਇੱਥੇ ਆ ਜਨ ਸ਼ਾਮ ਤਾਈਂ ਇੱਥੇ ਪਾਣੀ ਪੂਣੀ ਲਵਾ ਕੇ ਇੱਥੇ ਜਾਨਵਰਾਂ ਚ ਮੇਰਾ ਬੜਾ ਜੀ ਲੱਗਦਾ ਉਹ ਤੁਸੀਂ ਦੇਖੋ ਇਹ ਟਰਕੀਆਂ ਲਿਆਂਦੀਆਂ ਹੋਈਆਂ ਨੇ ਇਹੋ ਜੇ ਚੁਰਚਰੇ ਰੱਖੇ ਆ ਤਿੱਤਰ ਬਟੇਰੇ ਰੱਖੇ ਆ ਬਤਕਾਂ ਨੇ ਤਾਂ ਇਹ ਜਾਨਵਰਾਂ ਚ ਬੜਾ ਜੀ ਲੱਗਦਾ ਇਹ ਤਾਂ ਉਹ ਮੈਨੂੰ ਵਿਦੇਸ਼ੀ ਲੱਗਦਾ ਜੀ ਕੋਈ ਪ੍ਰੋਜੈਕਟ ਕੇ ਟਰਕੀ ਆ ਜੀ ਇਹ ਛਤਰਮੁਰਗ ਕਹਿੰਦੇ ਇਹਨਾਂ ਨੂੰ ਕਿ ਪਤਾ ਨਹੀਂ ਕੀ ਕਹਿੰਦੇ ਪੰਜਾਬੀ ਅੰਦਰ ਇਹ ਬਾਹਰਲੇ ਦੇਸ਼ ਦਾ ਜਾਨਵਰ ਆ ਠੀਕ ਹੈ ਜੀ ਐਂ ਜਾਨਵਰਾਂ ਦਾ ਮੈਨੂੰ ਸ਼ੌਕ ਆਪਣੇ ਵਾਤਾਵਰਣ ਚ ਵਧਿਆ ਰਹਿੰਦਾ ਵਧਿਆ ਰਹਿੰਦੇ ਜੀ ਖਾਂਦੇ ਪੀਂਦੇ ਇੱਥੇ ਨਾਲੇ ਜਿੰਨੇ ਥੱਲੇ ਮਾੜੇ ਹੋਣ ਦੇ ਕਟਾਣੂ ਬੂਟਿਆਂ ਦੇ ਥੱਲੇ ਦੀ ਆਪੇ ਚੱਕ ਚੱਕ ਕੇ ਖਾ ਜਾਂਦੇ ਠੀਕ ਹੈ ਜੀ ਜੀ ਹੋਰ ਵੀ ਇਹਨਾਂ ਦੇ ਨਾਲ ਨਾਲ ਹੋਰ ਵੀ ਕੁਝ ਚੁਰਚਰੇ ਬਤਕਾਂ ਜੀ ਸਾਰਾ ਮੈਂ ਜਾਨਵਰਾਂ ਨਾਲ ਭਰਿਆ ਹੋਇਆ ਮੈਨੂੰ ਜਾਨਵਰਾਂ ਦਾ ਬੜਾ ਸ਼ੌਕ ਹੈ ਇਹਨਾਂ ਨੂੰ ਰੱਖਿਆ ਹੋਇਆ ਮੈਂ ਤੇ ਲੋਂ ਸਾਹਿਬ ਬਹੁਤ ਵਧੀਆ ਪ੍ਰੋਜੈਕਟ ਆ ਤੁਹਾਡਾ ਤੇ ਵਧਾਈ ਦੇ ਪਾਤਰਾਂ ਤੁਸੀਂ ਜੰਗਲਾਂ ਚ ਮੰਗਲ ਲਾ ਦਿੱਤੇ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਭਰਾਓ ਮੈਂ ਅਕਸਰ ਇੱਥੇ ਤਾਂ ਨਹੀਂ ਕਿਸੇ ਨੂੰ ਕਹਿੰਦਾ ਹੁੰਦਾ ਕਿ ਆਪਾਂ ਸਿਆਸਤ ਦੀ ਗੱਲਾਂ ਕਰੀ ਤਾਂ ਦਫ਼ਤਰ ਚ ਹੀ ਮਿਲਦਾ ਲੇਕਿਨ ਤੁਸੀਂ ਭਰਾਓ ਸਾਡੇ ਮੇਰੀ ਬੜੀ ਖੁਸ਼ੀ ਦੀ ਗੱਲ ਸੀ ਤੁਸੀਂ ਇੱਥੇ ਆਏ ਜੀ ਆਇਆਂ ਨੂੰ ਬਹੁਤ ਧੰਨਵਾਦ ਤੁਸੀਂ ਤੁਹਾਡੇ ਦਰਸ਼ਕ ਵੀ ਤੁਸੀਂ ਦਾ ਟਾਈਮ ਕੱਢਿਆ ਜੀ ਆਉਂਦਿਆਂ ਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਸਰ ਜੀ